ਸੱਚੀ ਗੱਲ ਦੋਸਤੋ ਤੁਸੀਂ ਵੇਖ ਰਹੇ ਹੋ ਜਮਾਤ 8 ਦਾ ਪੰਜਾਬੀ ਵਿਸ਼ੇ ਦਾ ਪੇਪਰ ਜੋ ਕੀ ਤੋੜਾ 19 ਸਤੰਬਰ ਨੂੰ ਯਾਨੀ ਕਿ ਕੱਲ ਦੇ ਦਿਨ ਹੋਣ ਵਾਲਾ ਹੈ ਠੀਕ ਹੈ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿਉਂਕਿ ਜੋ ਪੇਪਰ ਤੁਸੀਂ ਸਕਰੀਨ ਤੇ ਵਾਚ ਕਰ ਰਹੇ ਹੋ 100% ਰੀਅਲ ਆ ਠੀਕ ਹੈ 100% ਮਤਲਬ ਕੀ ਇਹ ਹੀ ਪੇਪਰ ਆਏਗਾ ਅਸੀਂ ਇਸ ਪੇ ਇਸ ਵੀਡੀਓ ਦੇ ਵਿੱਚ ਦੋ ਪੇਪਰ ਕਰਾਂਗੇ ਠੀਕ ਹੈ ਇੱਕ ਪੇਪਰ ਹੁਣ ਕਰ ਰਹੇ ਆ ਇੱਕ ਪੇਪਰ ਇਹਦੇ ਅੱਧ ਵੀਡੀਓ ਦੇ ਅੱਧ ਵਿੱਚ ਦੂਜਾ ਪੇਪਰ ਸ਼ੁਰੂ ਹੋ ਜਾਏਗਾ ਠੀਕ ਹੈ ਦੋਨਾਂ ਦੇ ਵਿੱਚੋਂ ਇੱਕ 100% ਆਏਗਾ 100% ਗਾਰੰਟੀ ਲੈਂਦੇ ਆ ਠੀਕ ਹੈ ਸੋ ਸਾਰਾ ਪੇਪਰ ਆਪਾਂ ਹੱਲ ਕਰਾਂਗੇ ਠੀਕ ਹੈ ਜਮਾਤ 8 ਦਾ ਪੰਜਾਬੀ ਵਿਸ਼ਾ ਦਾ ਪੇਪਰ ਠੀਕ ਹੈ ਸੋ ਸਾਰੇ ਬੱਚੇ ਇੱਕ ਵਾਰ ਵੀਡੀਓ ਨੂੰ ਲਾਈਕ ਕਰ ਦਿਓ ਠੀਕ ਹੈ ਕੋਈ ਡਾਊਟ ਹੋਵੇ ਤਾਂ ਕਮੈਂਟ ਕਰ ਸਕਦੇ ਹੋ ਤੇ ਬਾਕੀ ਸਾਰਿਆਂ ਨੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਠੀਕ ਹੈ ਸਾਰਿਆਂ ਨੂੰ ਰਿਕੁਐਸਟ ਹੈ ਠੀਕ ਹੈ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰੋ ਜਾ ਕੇ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਠੀਕ ਹੈ ਥੈਂਕਸ ਐਵਰੀਵੇਅਰ ਜੋਰ ਵੀ ਤੁਸੀਂ ਮੌਜੀ ਭੇਜਣਾ ਚਾਹੁੰਦੇ ਕੁਝ ਵੀ ਕਮੈਂਟ ਸੈਕਸ਼ਨ ਪਰ ਦੋ ਇੱਕ ਵਾਰ ਸਾਰੇ ਜਣੇ ਠੀਕ ਹੈ ਕਿਉਂਕਿ ਅਸੀਂ ਗਰੰਟੀ ਲੈ ਰਹੇ ਹਾਂ 100% ਠੀਕ ਹੈ 100% ਗਰੰਟੀ ਲੈ ਲਿਆ ਕਿ ਪੰਜਾਬੀ ਦਾ ਪੇਪਰ ਇਹੀ ਆਏਗਾ 8th ਕਲਾਸ ਪੰਜਾਬੀ ਸਟਾਰਟਿੰਗ ਕਰਦੇ ਹਾਂ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਦੋ ਪੈਰੇ ਪੁੱਛੇ ਜਾਣੇ ਇੱਥੇ ਆ ਇਹ ਹੈ ਹਨ ਸੋ ਜਿਹੜਾ ਤੁਹਾਡਾ ਮੇਲਿਆਂ ਵਾਲਾ 파ਟ ਹੈ ਠੀਕ ਹੈ ਜਿਹੜਾ ਮੇਲਾ ਆਪਣੇ ਕੋਲ ਹੈਗਾ ਆ ਵਾਲਾ ਮੇਲਾ ਸ਼ਰਾਹਾਂ ਦਾ ਮੇਲਾ ਵਾਲਾ 파ਟ ਜਿਹੜਾ ਇਸ ਵਿੱਚੋਂ ਇਹ ਪੈਰਾ ਆਇਆ ਹੈ ਠੀਕ ਹੈ ਸੋ ਫਿਲਹਾਲ ਕਿ ਇਸ ਪੈਰੇ ਨੂੰ ਨਾ ਪੜ ਕੇ ਸਿੱਧਾ ਉੱਤਰ ਦੇਖਦੇ ਹਾਂ ਕੌਣ ਸ਼ੁਰੂ ਤੋਂ ਮੇਲੇ ਦੇ ਸ਼ਕੀਨ ਰਹੇ ਹਨ ਪਹਿਲੀ ਲਾਈਨ ਵਿੱਚ ਉੱਤਰ ਲਿਖਿਆ ਪੰਜਾਬੀ ਮੋਢ ਤੋਂ ਹੀ ਮੇਲੇ ਦੇ ਸ਼ਕੀਨ ਰਹੇ ਹਨ ਉੜੋ অপਸ਼ਨ ਰਾਈਟ ਆ ਜਾਏਗਾ ਦੂਜਾ ਸ਼ਰਾਹਾਂ ਦੇ ਸ਼ਰਾਹਾਂ ਦਾ ਮੇਲਾ ਕਿਸ ਜ਼ਿਲ੍ਹੇ ਵਿੱਚ ਲੱਗਦਾ ਹੈ ਤਾਂ ਸ਼ਰਾਹਾਂ ਦਾ ਮੇਲਾ ਜ਼ਿਲ੍ਹਾ ਹੁਸ਼ਿਆਰਪੁਰ ਆ ਰਿਖਨ ਇਹ ਮੇਲਾ ਜ਼ਿਲ੍ਹਾ ਹੁਸ਼ਿਆਰਪੁਰ ਦੀ तहसील गरशंकर तो चढ़ते पास शिवालिक पहाड़ी की गोदू वैसे बीत इलाके पिंड अलचड़ विखे लगता है ठीक है इंधन दे रखी से जलंधर कपूरथला उन्न दे दे तो हुशियारपुर राइट आंसर आ जाएगा शराह की छंज किसी देसी महीने लगती है शराह की छंज लास्ट लैंड मग्गर महीने के जेठ ज लगातार चार दिन लगता है ठीक है मग्गर महीने के ठीक है ऑप्शन राइट आ जाएगा उस तो बाद अपने को ऊन ऊन्न किस प्रदेश का एक जिला है हिमाचल प्रदेश का ठीक है यी विचार जो लिखा हुआ ठीक है ਯੈਸ ਸਟੂਡੈਂਟਸ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਆ ਵਿਚਕਾਰ ਹੀ ਲਿਖਿਆ ਹੋਇਆ ਹੈ ਹਿਮਾਚਲ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਉਨ ਦੇ ਵਿਖੇ ਨਾਲ ਲੱਗਦਾ ਹੋਣ ਕਰਕੇ ਠੀਕ ਹੈ ਤੁਸੀਂ ਸਲੈਂਡ ਪੜੋਗੇ ਤਾਂ ਤੁਹਾਡੇ ਵਿੱਚ ਇਤਰਾ ਆ ਜਾਏਗਾ ਜ਼ਿਲ੍ਹਾ ਉਨ ਜਿਹੜਾ ਹਿਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਹੈ ਠੀਕ ਹੈ ਸੋ ਹਿਮਾਚਲ ਪ੍ਰਦੇਸ਼ ਇਹਦੇ ਵਿੱਚ ਰਾਈਟ ਆਪਸ਼ਨ ਆ ਜਾਏਗੀ ਉਸ ਤੋਂ ਬਾਅਦ ਕਿਹੜਾ ਮੇਲਾ ਪੰਜਾਬੀਆਂ ਲਈ ਹਮੇਸ਼ਾ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ ਸੋ ਜਰਗ ਦਾ ਮੇਲਾ ਸ਼ਪਾਰਤ ਜਗਰਾਵਾ ਉਪਰੋਕਤ ਸਾਰੇ ਜਿਹੜੇ ਮਿਲਣ ਇਹ ਬਣੇ ਰਹੇ ਨੇ ਤਾਂ ਤੁਸੀਂ ਇਸ ਲਾਈਨ ਦਾ ਉੱਤਰ ਜਿਹੜਾ ਦੂਜੀ ਲਾਈਨ ਵਿੱਚ ਦੇਖ ਸਕਦੇ ਹੋ ਪਹਿਰੇ ਦੇ ਵਿੱਚ ਠੀਕ ਹੈ ਸੋ ਉਸ ਬਤੀ ਤੀਜੇ ਵਿੱਚ ਵੀ ਆਪ ਨੂੰ ਪਹਿਰਾ ਪੁੱਛਿਆ ਠੀਕ ਹੈ ਪਹਿਲੇ ਪਾਗ ਦੇ ਵਿੱਚ ਆਪ ਨੂੰ 5 ਨੰਬਰ ਮਿਲਣ ਨੇ ਸੁੰਦਰ ਲਿਖਾਈ ਦੇ ਦੋਸਤੋ ਸਾਰੇ ਬੱਚੇ ਥੋੜਾ ਜਿਆਦਾ ਸੋਹਣਾ ਲਿਖਣਾ ਪੇਪਰ ਤਾਂ ਜੋ ਤੁਹਾਨੂੰ 3 ਜਾਂ 4 ਨੰਬਰ ਤੁਹਾਡਾ ਟੀਚਰ ਜਿਹੜਾ ਕਿ ਦੇ ਦੇਵੇ ਠੀਕ ਹੈ ਪੇਪਰ ਆਈ ਤੁਹਾਡੇ ਜਿਹੜੇ ਕਿ 90 ਜਾਂ 80 ਨੰਬਰ ਦਾ ਪੇਪਰ ਹੋਣਾ ਜਾਂ 90 ਨੰਬਰ ਦਾ ਠੀਕ ਹੈ ਉਹਨਾਂ ਵਿੱਚ ਉਹਨੇ ਆਣਗੇ ਠੀਕ ਹੈ ਸੋ ਫਿਰਾਲ ਕੀ ਵੀਡੀਓ ਨੂੰ ਅੰਤ ਤੱਕ ਦੇਖਦਾ ਕਿਉਂਕਿ ਇਸ ਤੋਂ ਬਾਅਦ ਆਪਾਂ ਇੱਕ ਹੋਰ ਪੇਪਰ ਸੋਲਵ ਕਰਨਾ ਹੈ ਠੀਕ ਹੈ ਦੋ ਪੇਪਰ ਨੇ ਦੋਨਾਂ ਪੇਪਰ ਤੇ ਕੋਈ ਜ਼ਿਆਦਾ ਟਾਈਮ ਨਹੀਂ ਲਵਾਂਗੇ ਆਪਾਂ ਮਸਾਂ ਹੀ ਵੀ 25 ਮਿੰਟ ਲੱਗਣਗੇ ਤੁਹਾਡੇ 20-25 ਮਿੰਟ ਤੋਂ ਬਾਅਦ ਤੁਹਾਡੇ ਪੰਜਾਬੀ ਵਿੱਚ ਪੂਰੇ ਨੰਬਰ ਆਣਗੇ ਠੀਕ ਹੈ ਅਸੀਂ ਗਰੰਟ ਲੈਂਦੇ ਹਾਂ 100% ਠੀਕ ਹੈ ਸੋ ਇੱਕ ਕਮੈਂਟ ਕਰ ਦੇਣਾ ਪਿਆਰਾ ਜਿਹਾ ਠੀਕ ਹੈ ਸੋ ਦੇਖਦੇ ਹਾਂ ਅੱਗੇ ਆਪਾਂ ਨੂੰ ਇਹ ਪੈਰਾ ਪੜ੍ਹ ਕੇ ਦੱਸਣਾ ਹੈ ਉਹਨ ਕਲਾ ਦਾ ਇਕਲਾ ਤੇ ਸੈਦ ਦੇ ਸਹੀ ਡਾਕਟਰ ਮਹਿੰਦਰ ਸਿੰਘ ਰੰਦਾਵਾ ਇੱਕ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ ਰੰਦਾਵਾ ਦੇ ਮਨ ਅੰਦਰ ਇੱਕ ਵਿਸ਼ਾਲ ਪੰਜਾਬ ਪੰਜਾਬ ਵਸਿਆ ਹੋਇਆ ਸੀ ਉਹਨਾਂ ਨੂੰ ਪੰਜਾਬ ਦੀ ਲੋਕਾਂ ਨਾਲ ਇਥੋਂ ਦੇ ਠੀਕ ਹੈ ਸੋ ਇਹ ਵਾਲਾ ਪਹਿਲਾ ਹੈ ਆਪਣੇ ਕੋਲ ਠੀਕ ਹੈ ਆ ਵੇਖਦੇ ਤੁਸੀਂ ਅੱਗੇ ਇੰਦੀਆਂ ਲੈਣਾ ਸੋ ਆਪਾਂ ਪ੍ਰਸ਼ਨ ਵੇਖਦੇ ਆ ਪਹਿਲਾ ਪ੍ਰਸ਼ਨ ਆਪਾਂ ਨੂੰ ਡਾਕਟਰ ਮਹਿੰਦਰ ਸਿੰਘ ਰੰਦਾਵਾ ਕਿਹੋ ਜਿਹੇ ਪ੍ਰਤਿਭਾ ਦੇ ਮਾਲਕ ਸਨ ਉਹ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ ਪਹਿਲੀ ਲੈਂਦੇ ਵਿੱਚ ਉੱਤਰ ਹੈ ਠੀਕ ਹੈ ਮੈਂ ਹਰੇਕ ਹਰੇਕ ਉੱਤਰ ਦਾ ਜਿਹੜਾ ਹਾਈਲਾਈਟ ਵੀ ਕੀਤਾ ਹੋਇਆ ਹੈ ਵਿੱਚ ਠੀਕ ਹੈ ਸੋ ਆ ਵੇਖਦੇ ਬਹੁਪੱਖੀ ਤੇ ਲਿਖਿਆ ਹੋਇਆ ਹੈ ਜਾਸਨਰ ਆ ਜਾਏਗਾ ਆਪਣੇ ਕੋਸ਼ਨ ਕੀ ਵੇਖਦੇ ਆ ਕਿ ਡਾਕਟਰ ਰੰਧਾਵਾ ਦੇ ਮਨ ਵਿੱਚ ਕੀ ਵਸਿਆ ਹੋਇਆ ਹੈ ਵਿਸ਼ਾਲ ਪੰਜਾਬ ਵਸਿਆ ਹੋਇਆ ਹੈ ਤਾਂ ਇਹਦੇ ਵਿੱਚ ਪੰਜਾਬ ਆਪਸ਼ਨ ਰਾਈਟ ਆ ਜਾਏਗੀ ਡਾਕਟਰ ਰੰਧਾਵਾ ਕੀ ਸੰ ਵਿਗਿਆਨੀ ਸਨ ਠੀਕ ਹੈ ਆ ਲਿਖਿਆ ਹੋਇਆ ਠੀਕ ਹੈ ਉਹ ਰੰਦਾਵਾ ਜੀ ਖੁਦ ਇੱਕ ਵਿਗਿਆਨੀ ਸਨ ਠੀਕ ਹੈ ਵਿਗਿਆਨੀ ਆ ਲਿਖਿਆ ਹੋਇਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਕਿ ਆਪਣੇ ਕੋਲ ਅਗਲਾ ਹੈ ਚੌਥਾ ਪ੍ਰਸ਼ਨ ਠੀਕ ਹੈ ਡਾਕਟਰ ਰੰਦਾਵਾ ਦਾ ਜੱਦੀ ਪਿੰਡ ਕਿਹੜਾ ਸੀ ਬੋਦਲਾ ਸੀ ਠੀਕ ਹੈ ਜੱਦੀ ਪਿੰਡ ਉਹਨਾਂ ਦਾ ਜੱਦੀ ਪਿੰਡ ਬੋਦਲਾ ਸੀ ਠੀਕ ਲਿਖਿਆ ਹੋਇਆ ਠੀਕ ਉਸ ਤੋਂ ਬਾਅਦ ਆਪਣਾ ਹੈਗਾ ਡਾਕਟਰ ਰੰਦਾਵਾ ਪੰਜਾਬੀ ਦੀ ਕਿਹੜੀ ਉਪ ਭਾਸ਼ਾ ਬੋਲਦੇ ਸਨ ਉਹ ਦੁਆਬੀ ਬੋਲਦੇ ਸਨ ਲਾਸਟ ਦੇ ਵਿੱਚ ਲਿਖਿਆ ਹੋਇਆ ਹੈ ਲਾਈਨ ਦੇ ਵਿੱਚ ਉਹ ਦੁਆਬੇ ਦੀ ਠੱਠ ਪੰਜਾਬੀ ਬੋਲਦੇ ਸਨ ਠੀਕ ਲਾਸਟ ਲਾਈਨ ਦੇ ਵਿੱਚ ਦੁਆਬੇ ਸੋ ਦੁਆਬੀ ਬੋਲਦੇ ਸਨ ਸੋ ਨੈਕਸਟ ਸੋ ਦੇਖੋ ਵਸਤੁਨਿਸ਼ਪਸ਼ਣ ਆਪਣੇ ਕੋਲ ਪਹਿਲਾ ਹੈ ਵਸ ਮੋਹਣ ਸਿੰਘ ਨੇ ਮੁੰਡੇ ਦਾ ਵਿਆਹ ਬੜੀ ਧੂਮ-ਤਾਮ ਨਾਲ ਕੀਤਾ ਵਾਕ ਵਿੱਚ ਆਮ ਨਾਮ ਚੁਣਨਾ ਠੀਕ ਹੈ ਸੋ ਇਸ ਮੋਹਣ ਸਿੰਘ ਮੁੰਡਾ ਜਿਹੜਾ ਸ਼ਬਦ ਹੈ ਉਹ ਆਮ ਜਿਹੜਾ ਕਿ ਆਮ ਨਾਮ ਹੈ ਮੁੰਡਾ ਹੋ ਗਿਆ ਜਿਵੇਂ ਕਿ ਮੁੰਡਾ ਹੋ ਗਿਆ ਇਹ ਵੀ ਆਮ ਨਾਮ ਹੁੰਦਾ ਹੈ ਕੁੜੀ ਆ ਜਾਵੇ ਤਾਂ ਵੀ ਇੱਕ ਆਮ ਨਾਮ ਹੈ ਕੁੜੀ ਵੀ ਤੇ ਮੁੰਡਾ ਵੀ ਇਹ ਦੋਵੇਂ ਆਮ ਨਾਮ ਹੁੰਦੇ ਨੇ ਇਦਾਂ ਦੀ ਖਿਡਾਰੀ ਸ਼ਬਦ ਦਾ ਲਿੰਗ ਬਦਲਣਾ ਸੀ ਆਪਾਂ ਠੀਕ ਹੈ ਪਿਆਰੇ ਬੱਚੋ ਖਿਡਾਰੀ ਸ਼ਬਦ ਦਾ ਲਿੰਗ ਬਦਲਣਾ ਸੀ ਤੋ ਖਿਡਾਰੀ ਦਾ ਜਦੋਂ ਸ਼ਬਦ ਦਾ ਲਿੰਗ ਬਦਲਾਂਗੇ ਤਾਂ ਖਿਡਾਰਨ ਆ ਜਾਏਗਾ ਠੀਕ ਹੈ ਸੋ ਇਹ 2 ਨੰਬਰ ਦਾ ਪ੍ਰਸ਼ਨ ਦਾ ਉੱਤਰ ਹੈ ਠੀਕ ਹੈ ਸੋ 2 ਨੰਬਰ ਇੱਥੇ ਪੱਕੇ ਹੋ ਜਾਣੇ ਤੁਹਾਡੇ 2 ਉੱਪਰ 4 ਨੰਬਰ ਦਾ ਇੱਥੇ ਬਣ ਜਾਣੇ ਨੇ ਫਿਰ ਕਿਰਿਆ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਇਹ ਦੱਸਣੀ ਹੈ ਕਿਰਿਆ ਪਿਆਰੇ ਬੱਚੇ ਦੋ ਪ੍ਰਕਾਰ ਦੇ ਹੁੰਦੇ ਨੇ ਕਿਹੜੇ ਕਿਹੜੇ ਸਕਰਮਕ ਤੇ ਅਕਰਮਕ ਠੀਕ ਹੈ ਸਕਰਮਕ ਇੱਕ ਹੁੰਦੀ ਹੈ ਕਿਰਿਆ ਵੈਸੇ ਪੁੱਛਿਆ ਤਾਂ ਨਹੀਂ ਨੇ ਆਪਾਂ ਦੱਸ ਦਿੰਨੇ ਤੁਹਾਨੂੰ ਇੱਕ ਸਕਰਮਕ ਹੁੰਦੀ ਹੈ ਇੱਕ ਅਕਰਮਕ ਠੀਕ ਹੈ ਸੋ ਇਹ ਦੋ ਤਰ੍ਹਾਂ ਦੀ ਜਿਹੜੀ ਕਿ ਕਿਰਿਆ ਆ ਵਾ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ ਠੀਕ ਹੈ ਉਸ ਤੋਂ ਬਾਅਦ ਸਹੀ ਗਲ ਨਿਸ਼ਾਨ ਨਹੀਂ ਲਗਾਣੇ ਤੁਸੀਂ ਸਿਰਫ ਪੰਜਾਬੀ ਵਿੱਚ ਲਿਖਣਾ ਹੈ ਸਹੀ ਠੀਕ ਹੈ ਤੇ ਫਿਰ ਅਹੀਂ ਲਿਖਣਾ ਹੈ ਗਲਤ ਠੀਕ ਹੈ ਸੋ ਕਈ ਟੀਚਰ ਥੋੜੇ ਜਿਹਾ ਨਾ ਕੱਬੇ ਹੁੰਦੇ ਆ ਜਿਹੜਾ ਥੋੜੇ ਜਿਹਾ ਕੱਬੇ ਜੀ ਹੁੰਦੇ ਆ ਜਿਹੜੇ ਕੀ ਕਹਿੰਦੇ ਆ ਕਿ ਇਦਾਂ ਤੁਸੀਂ ਤੁਹਾਨੂੰ ਕਿਹਾ ਤਾਂ ਉਹਨਾਂ ਨੇ ਸਹੀ ਗਲਤ ਲਿਖਣ ਨੂੰ ਕਿਹਾ ਹੈ ਤਾਂ ਫਿਰ ਤੁਸੀਂ ਨਿਸ਼ਾਨ ਕਿਉਂ ਲਾਉਂਦੇ ਹੋ ਠੀਕ ਹੈ ਕੁਝ ਟੀਚਰ ਹੁੰਦੇ ਆ ਜ਼ਿਆਦਾਤਰ ਬੱਚਿਆਂ ਦਾ ਟੀਚਰ ਤਾਂ ਵਧੀਆ ਹੁੰਦੇ ਆ ਜਿਹੜੇ ਕੀ ਚੈੱਕ ਕਰ ਲੈਂਦੇ ਨੰਬਰ ਦੇ ਦਿੰਦੇ ਬਟ ਤੁਸੀਂ ਸਹੀ ਗਲਤੀ ਲਿਖਣਾ ਕਿਉਂਕਿ ਬਾਅਦ ਵਿੱਚ ਤੁਹਾਡੇ ਨੰਬਰ ਜਿਹੜੇ ਕਟੀਆਂ ਨਾ ਠੀਕ ਹੈ ਨਾ ਪੰਜ ਪ੍ਰਕਾਰ ਦੇ ਹੁੰਦੇ ਹਨ ਇਹ सही आ जाएगा हाँ पंच प्रकार के होंगे मैं रातों रात दिल्ली गया वाक वि संख्यावाचक किरिया विशेषण है गलत ठीक है नहीं गया संख्यावाचक किरिया विशेषण इनका एक बार चेक करके मैं दस देना वैसे गलत आएगा ठीक है आई होप गलती है ठीक है दाता दिल्ली हिमालय खास नाम है हाँ जी ये सही आएगा दिल्ली खास नाम है यह स आ सही है ठीक है दूजे दूजे ते गलत आना है ठीक है गलत आना है मैं चेक किया ਖਾਲੀ ਥਾਂਵਾਂ ਬਰੋਚ ਇਹ ਨੰਬਰ ਦੀਆਂ ਨੇ ਠੀਕ ਹੈ ਖਾਲੀ ਥਾਂਵਾਂ ਪਿਆਰੇ ਬੱਚੋ ਉਸ ਤੋਂ ਬਾਅਦ ਆਪਾਂ ਵੇਖਦੇ ਹਾਂ ਖਾਲੀ ਥਾਂਵਾਂ ਕਿਹੜੀਆਂ ਨੇ ਗਰਮੀ ਸਰਦੀ ਜਵਾਨੀ ਡੈਸ਼ ਨਾਮ ਹਨ ਕਿਹੜੇ ਨਾਮ ਨੇ ਪਿਆਰੇ ਬੱਚੋ ਪਹਿਲੇ ਦਾ ਜਵਾਬ ਆ ਜਾਏਗਾ ਆਪਣੇ ਕੋਲ ਗਰਮੀ ਸਰਦੀ ਜਿਹੜੀ ਕਿ ਨੇ ਇਹ ਭਾਵਾਚਕ ਨਾਮ ਨੇ ਠੀਕ ਹੈ ਭਾਵ ਵਾਚਕ ਨਾਮ ਠੀਕ ਹੈ ਸੋ ਨੈਕਸਟ ਹੈ ਆਪਣਾ ਪਿਆਰੇ ਬੱਚੋ ਦੂਜਾ ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ਉਹ ਡੈਸ਼ ਹੁੰਦਾ ਹੈ ਉਹ ਪੁਰਖ ਕਿਹੜਾ ਹੁੰਦਾ ਹੈ ਅੰਨੇ ਆ ਠੀਕ ਹੈ ਐੜਾ ਨੰਨਾ ਅੜਈਆ ਅੰਨੇ ਠੀਕ ਹੈ ਅਨੇ ਪ੍ਰਕੰਦੇ ਉਸ ਬਾਅਦ ਜਿਹੜੇ ਸ਼ਬਦ ਕਿਸੇ ਨਾਵਾ ਜਾਂ ਪ੍ਰਨਾਵ ਸ਼ਬਦ ਨਾਲ ਆ ਕੇ ਵਿਸ਼ੇਸ਼ਤਾ ਪ੍ਰਗਟ ਕਰਨ ਉਹਨਾਂ ਨੂੰ ਡੈਸ਼ ਕਿਹਾ ਜਾਂਦਾ ਹੈ ਤੀਜੇ ਦਾ ਰਾਈਟ ਆਨਸਰ ਕੀ ਆ ਜਾਏਗਾ ਵਿਸ਼ੇਸ਼ਣ ਕਿਹਾ ਜਾਂਦਾ ਉਹਨਾਂ ਨੂੰ ਵਿਸ਼ੇਸ਼ਣ ਠੀਕ ਹੈ ਸੋ ਨੈਕਸਟ ਹੈ ਆਪਣਾ ਮਿਲਾਨ ਚ ਨੂੰ ਪਿਆਰੇ ਬਜੋ 5 ਨੰਬਰ ਦੇ 6 ਨੰਬਰ ਉੱਪਰ ਪੱਕੇ ਤੋਂ ਡੇ ਹੋ ਗਏ ਹੁਣ ਮਿਲਾਨ ਚ ਨੂੰ ਦੇਖਦੇ ਆਪਾਂ ਊੜੇ ਨੂੰ ਤੇ ਐੜੇ ਨਾਲ ਮਿਲਾਉਣਾ ਸੋ ਕਿਹੜੇ ਕਿਹੜੇ ਨੇ ਦੇਖਦੇ ਆਂ ਪਹਿਲਾ ਹੈਗਾ ਦੁੱਧ ਦੁੱਧ ਨੂੰ ਕੀ ਬਣਾਵਾਂਗੇ ਆਪਾਂ ਵਸਤੂਵਾਚਕ ਨਾਮ ਠੀਕ ਹੈ ਵਾਰ-ਵਾਰ ਨੂੰ ਕੀ ਇਹਦੇ ਨਾਲ ਮਿਲਾ ਦੇਗੇ ਵਾਰ-ਵਾਰ ਨੂੰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਦੇ ਨਾਲ ਠੀਕ ਹੈ ਸੋ 50 ਰੁਪਏ ਕੀ ਹੋ ਗਿਆ ਸੰਖਿਆਵਾਚਕ ਵਿਸ਼ੇਸ਼ਣ ਠੀਕ ਹੈ ਸੋ ਉਸ ਤੋਂ ਬਾਅਦ ਆਪਣੇ ਕੋਲ ਹੋ ਗਿਆ ਇਹ ਵਾਰ-ਵਾਰ ਜਿਹੜਾ ਸ਼ਬਦ ਹੈ ਨਾ ਇਹ ਵਾਰ-ਵਾਰ ਕਿਰਿਆ ਵੀ ਹੋ ਰਹੀ ਨਾਲ ਇਸ ਲਈ ਨੂੰ ਕਿਰਿਆ ਕਿਰਿਆ ਵਿਸ਼ੇਸ਼ਣ ਕਹਿੰਦੇ ਆ ਠੀਕ ਹੈ ਤੇ 50 ਰੁਪਏ ਤਾਂ ਸਿੱਧਾ ਹੀ ਆ ਜਾਏਗਾ ਸੰਖਿਆ ਵਚਕ ਵਿਸ਼ੇਸ਼ਣ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲ ਖੁਸ਼ੀ ਹੈ ਖੁਸ਼ੀ ਤਾਂ ਕੀ ਹੈ ਖੁਸ਼ੀ ਇੱਕ ਭਾਵਨਾ ਹੈ ਤੇ ਇਸ ਲਈ ਭਾਵ ਵਚਕ ਆ ਜਾਏਗਾ ਠੀਕ ਹੈ ਗੋਰਾ ਸ਼ਬਦ ਦੇ ਇੱਕ ਗੋਣੇ ਗੋਰਾ ਕਾਲਾ ਨੀਲਾ ਹਰਾ ਪੀਲਾ ਇਹ ਆਪਾਂ ਗੁਣ ਦਸੀਗਾ ਉਹਦਾ ਗੁਣ ਕਿਹੋ ਜਿਹਾ ਇਸ ਲਈ ਇਹ ਗੁਣ ਵਚਕ ਵਿਸ਼ੇਸ਼ਣ ਆ ਜਾਏਗਾ ਬਾਕੀ ਸਾਰਿਆਂ ਦੇ ਜਿਹੜੇ ਕਿ ਮੈਂ ਅਲੱਗ-ਅਲੱਗ ਕਲਰ ਦੇ ਵਿੱਚ ਐ एरो ਬਣਾਏ ਹੋਏ ਆ ਤੇ ਤੁਸੀਂ ਇਹਨੂੰ ਸਕਰੀਨਸ਼ਾਟ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਸਕਦੇ ਹੋ ਸੋ ਉਸ ਤੋਂ ਬਾਅਦ ਆਪਣੇ ਕੋਲ ਹੈਗੇ ਆ ਭਾਵ ਵਰਤ ਸਪਸ਼ਟ ਕਰਨੇ ਆਪ ਠੀਕ ਹੈ ਪ੍ਰਸ਼ਨ ਆਪਣਾ 8 ਕਿਸੇ 1 ਦੇ ਭਾਵਸ਼ਟ ਦੋ ਅੰਕ ਦਾ ਹੈ ਠੀਕ ਹੈ ਜੇ ਕਿਧਰੇ ਹਾਰਾਂ ਲੱਖ ਤੋੜਨ ਮਨ ਹੋ ਜਾਏ ਨਿਰਾਸ਼ ਜ਼ਿੰਦਗੀ ਜਾਣੀ ਕੋਲ ਮੇਰੇ ਜਿੱਤ ਵਿੱਚ ਰੱਖ ਵਿਸ਼ਵਾਸ ਜਾਂ ਫਿਰ ਆਪਾਂ ਕਰਨਾ ਪਖਦੀਆਂ ਗੈਂਸਾਂ ਦਾਸੀ ਗੋਲਾ ਦਗਦਾ ਜੋ ਪੱਠੀ ਵਿੱਚ ਕੋਲਾ ਬੀਤੇ ਬਰੇ ਕਈ ਲੱਖ ਹਜ਼ਾਰ ਠੰਡੀ ਹੋ ਗਈ ਅਖਾ ਅਖਰਕਾਰ ਠੀਕ ਸੋ ਦੋਨੋਂ ਤੁਨ ਕਰਾ ਦਿੰਨੇ ਆ ਦੇਖੋ ਸੋ ਪਿਆਰੇ ਬੱਚੋ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਿਹਾ ਹੈ ਵਗਾ 8th ਪੰਜਾਬੀ ਆਨਸਰਸ ਠੀਕ ਹੈ ਪਾਰਟ 2 ਆਪਾਂ ਕਰ ਰਹੇ ਹਾਂ ਪਹਿਲਾ ਪਾਰਟ 1 ਮੈਂ ਤੁਹਾਨੂੰ ਬਾਅਦ ਵਿੱਚ ਕਰਾਵਾਂਗਾ ਮੈਂ ਹਮੇਸ਼ਾ ਹੀ ਉਲਟ ਕਰਦਾ ਹੁੰਦਾ ਹਾਂ ਜਦੋਂ ਵੀ ਸਟਾਰਟ ਕਰਨੀ ਹੁੰਦੀ ਵੀਡੀਓ ਆਪਾਂ ਪਹਿਲਾਂ ਪਾਰਟ 2 ਕਰੀਦਾ ਜਾਂ ਫਿਰ 3 ਕਰੀਦਾ ਫਿਰ ਉਸ ਤੋਂ ਬੈਕ ਨੂੰ ਚੱਲੀਗਾ 2 ਨੂੰ ਫਿਰ 1 ਨੂੰ ਕਿਉਂਕਿ ਜਿਹੜਾ 1 ਵਾਲਾ ਹੁੰਦਾ ਹੈ ਉਹ ਵੈਰੀ ਵੈਰੀ ਇੰਪੋਰਟੈਂਟ ਹੁੰਦਾ ਠੀਕ ਹੈ ਉਹ 100% ਆਉਂਦਾ ਹੁੰਦਾ ਹੈ ਠੀਕ ਹੈ ਸੋ ਇਹ ਆਪਾਂ 2 ਕਰ ਰਹੇ ਹਾਂ ਤੇ 1 ਵੀ ਇਸੇ ਵੀਡੀਓ ਵਿੱਚ ਕਰਾਂਗੇ ਠੀਕ ਹੈ ਸੋ 1 ਵੀਡੀਓ ਨੂੰ ਇਹ ਪਾਰਟ 1 ਨੂੰ ਵ ਨਿਰਾਸ਼ ਠੀਕ ਹੈ ਜਿੰਦਗੀ ਜਏ ਕੋਲ ਨਮੇਰੇ ਜਿੱਥੇ ਵਿੱਚ ਰੱਖੋ ਵਿਸ਼ਵਾਸ ਮਨੁੱਖ ਇਸ ਵਿੱਚ ਇਹ ਦੱਸਿਆ ਗਿਆ ਕਿ ਮਨੁੱਖ ਅਸਫਲਤਾ ਤੋਂ ਨਿਰਾਸ਼ ਨਹੀਂ ਹਮ ਲੋਕ ਮਨੁੱਖ ਨੂੰ ਜਿਹੜਾ ਕਿ ਅਸਫਲਤਾਵਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋ ਜਿੰਦਗੀ ਨੂੰ ਇੱਕ ਲੰਮਾ ਕੋਲ ਸੰਮੇਧਿਆ ਹੋਇਆ ਜਿੱਤ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਠੀਕ ਹੈ ਸੋ ਇਸ ਸੀਨ ਦੇ ਵਿੱਚ ਜਾਂ ਵਿੱਚ ਆਪ ਨੂੰ ਕਿਹਾ ਸੀ ਪਖਦੀਆਂ ਗੈਂਸਾਂ ਦਾ ਸੀ ਗੋਲਾ ਦਗਦਾ ਜੋ ਪੱਠੀ ਵਿੱਚ ਕੋਲਾ ਠੀਕ ਹੈ ਬੀਤੇ ਵਰੀ ਗਈ ਲੱਖ ਹਜ਼ਾਰ ਠੰਡੀ ਹੋ ਗਈ ਅਖਰਾਕਰ ਸੋ ਇਸ ਵਿੱਚ ਆਪ ਨੂੰ ਕਹੀ ਸੀ ਉਹਨਾਂ ਨੇ ਕਿ ਕਰੋੜਾ ਸਾਲ ਪਹਿਲਾਂ ਜਿਹੜਾ ਕਿ ਸੂਝ ਤੋਂ ਵੱਖ-ਵੱਖ ਹੋਣ ਮਗਰੋਂ ਤਰਤੀ ਪਖਦੀਆਂ ਗੈਂਸਾਂ ਦਾ ਗੋਲਾ ਸੀ ਜੋ ਹੌਲੀ-ਹੌਲੀ ਠੰਡਾ ਹੋ ਕੇ ਤਰਤੀ ਦਾ ਇਹ ਰੂਪ ਧਾਰਨ ਕਰ ਗਿਆ ਇਹ ਤਰਤੀ ਵਾਲੀ ਜਿਹੜੀ ਤੁਹਾਡੀ ਪੋਇਮ ਕਵਿਤਾ ਹੈ ਉਹਦੇ ਵਿੱਚੋਂ ਆਈਆਂ ਸੀ ਲੈਣਾ ਤੇ ਇਹਦਾ ਆਪਾਂ ਆਵਰ ਤੋਂ ਤੁਹਾਨੂੰ ਦੱਸਦਾ ਕੀ ਹੈ ਹੁਣ ਆਪਾਂ ਪ੍ਰਸ਼ਨ ਵੇਖਦੇ ਆਪ ਨੂੰ ਪ੍ਰਸ਼ਨ ਕਿਹੜੇ-ਕਿਹ ਤਾਂ ਪ੍ਰਸ਼ਨ ਤੁਸੀਂ ਦੇਖਦੇ ਹੋ ਆਪਣੇ ਕੋਲ ਪ੍ਰਸ਼ਨ 9 ਹੈ ਪਾਠ ਪੁਸਤਕ ਦੇ 82 ਪ੍ਰਸ਼ਨਾਂ ਦੇ ਵਿੱਚੋਂ 5 ਪ੍ਰਸ਼ਨਾਂ ਦੇ ਉੱਤਰ ਦੇਣੇ ਆ ਠੀਕ ਹੈ 10 ਨੰਬਰ ਦਾ 2 ਨੰਬਰ ਦਾ ਇੱਕ ਹੈ ਸੋ ਆਪਾਂ ਸਾਰੇ ਕਰਾਂਗੇ ਦੇਖੋ ਪਹਿਲਾ ਹੈ ਆਪਣੇ ਕੋਲ ਲੇਖਕ ਅਤੇ ਉਸ ਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਛਿੰਝ ਚਰਾਹਾਂ ਦੇ ਮੇਲਾ ਕਿੱਥੇ ਤੇ ਕਦੋਂ ਲੱਗਦਾ ਹੈ ਤੇ ਇਸ ਮੇਲੇ ਦਾ ਇਨਾ ਕੌਪਿਆ ਗੁਰੂ ਅਰਜਨ ਦੇਵ ਜੀ ਦੇ ਸ਼ਾਹਕਾਰ ਰਚਨਾ ਕਿਹੜੀ ਹੈ ਉਹ ਉਸ ਬਾਰੇ ਕੁਝ ਉਹਨਾਂ ਦੀ ਕੁਝ ਸਤਰ ਲਿਖੇ ਨੇ ਕਵੀ ਪੰਜਾਬ ਦੀ ਮੋਟਿਆਰਾਂ ਦੀ ਸਿਫਤ ਕਿਵੇਂ ਕਰਦਾ ਹੈ ਠੀਕ ਹੈ ਸੋ ਇਸ ਤੋਂ ਇਲਾਵਾ ਆਪ ਨੂੰ ਦੇਖ ਕੇ ਕਵੀ ਪੰਜਾਬ ਦੀਆਂ ਮੋਟਿਆਰਾਂ ਦੀ ਸਿਫਤ ਇਹ ਦੁਬਾਰਾ ਤੋਂ ਫਿਰ ਉਹਨਾਂ ਨੇ ਲਿਖਤਾ ਸੀ ਲੋਕਾਂ ਲੋਕਾਂ ਵੱਲੋਂ ਰੋਖਾਂ ਦੀ ਅੰਨੇ ਵਕਟਾਈ ਤੇ ਦਾ ਨਤੀਜਾ ਦੱਸਣਾ ਹੈ ਪੰਜਾਬ ਦੇ ਲੋਕ ਨਾ ਚ ਕਿਹੜੇ ਕਿਹੜੇ ਹਨ ਠੀਕ ਹੈ ਸੋ ਇਹ ਪ੍ਰਸ਼ਨ ਤੁਸੀਂ ਵੀਡੀਓ ਵੈਕ ਕਰਕੇ ਵੇਖ ਲੈਣਾ ਆਪਾਂ ਸਿੱਧਾ ਹੁਣ ਇਹਨਾਂ ਦੇ ਅਨਸਰ ਕਰਾਂਗੇ ਤੁਹਾਨੂੰ ਨਾਲ ਦੇ ਨਾਲ ਪ੍ਰਸ਼ਨ ਤੇ ਉੱਤਰ ਵੀ ਦੱਸਾਂਗੇ ਤੇ ਨਾਲ ਦੇ ਨਾਲ ਆਪਾਂ ਮੁਹਾਵਰੇ ਵੀ ਕਰ ਲਾਂਗੇ ਤੱਕਾ ਕਰਨਾ ਨੱਕ ਰੱਖਣ ਦਾ ਨੱਕ ਜਾਣਨਾ ਤੇ ਪਾਜ ਖੋਲਣਾ ਪਾਪੜ ਵੇਰਨਾ ਤੇ ਫਿੱਕੇ ਪ ਕੋਸ਼ਣ ਪਲੱਸ ਮੁਹਾਵਰੇ ਆਪਾਂ ਕਰਾਂਗੇ ਠੀਕ ਹੈ ਹੁਣੇ ਠੀਕ ਹੈ ਮੁਹਾਵਰੇ ਮੈਂ ਤੁਹਾਨੂੰ ਪੜਾਤੇ ਇੱਕ ਵਾਰ ਫਿਰ ਤੂੰ ਤੁਸੀਂ ਵੇਖ ਲਓ ਮੁਹਾਵਰੇ ਕਿਹੜੇ ਕਿਹੜੇ ਨੇ ਧੱਕਾ ਕਰਨਾ ਨੱਕ ਰੱਖਣਾ ਨੱਕ ਚਾੜਨਾ ਪਾਜ ਖੋਲਣੀ ਪਾਜ ਖੁੱਲ ਜਾਣਾ ਪਾਪੜ ਵੇਲਣੇ ਫਿੱਕੇ ਪੈਣਾ ਤੇ ਬਾਹ ਪੁਜਣੀ ਮੈਂ ਇਹੀ ਕਰਾਵਾਂਗਾ ਤੁਹਾਨੂੰ ਠੀਕ ਹੈ ਅੱਗੇ ਵੀਡੀਓ ਦੇ ਵਿੱਚ ਠੀਕ ਹੈ ਆਪਾਂ ਦੇਖਦੇ ਹਾਂ ਇਹਨਾਂ ਦੇ ਆਨਸਰ ਸਕਰੋਲ ਕਰਕੇ ਥੱਲੇ ਆਪਣੇ ਕੋਲ ਪਾਰਟ 2 ਦੇ ਜਿਹੜੀ ਆਨਸਰ ਕੀ ਹੈ ਇਹ ਪਾਠਵੰਦੀ ਅਨਸਰ ਕੀ ਹੋਣ ਕਰਕੇ ਇੰਨੇ ਵੱਡੇ ਜਿਹੜੀ ਕਿ ਪੀੜੇ ਬਣ ਚੁੱਕੀ ਹੈ ਫਿਲਹਾਲ ਕਿ ਆਪਾਂ ਜਿਹੜਾ ਕਿਪਟਨ ਕੁਸ਼ਨ ਆਇਆ ਹੋਇਆ ਆਪੋ ਦੇਖ ਲਈਏ ਠੀਕ ਹੈ ਸੋ ਦੇਖ ਸਕਦੇ ਹੋ ਆਪਣੇ ਕੋਲ ਲੇਖਕ ਕਹਦੇ ਉਸਦੀ ਪੈਨ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਪਿਆਰੇ ਬੱਚੋ ਤੇ ਕਿਉਂ ਲੇਖਕ ਕਹਦੇ ਉਸਦੀ ਪੈਨ ਨੂੰ ਹਰ ਰੋਜ਼ ਇੱਕ ਵਾਰ ਡਰਾਉਣੀ ਜਰਨੈਲੀ ਸੜਕ ਪਾਰ ਕਰਕੇ ਖੇਤ ਵਿੱਚ ਜਾਣਾ ਪੈਂਦਾ ਸੀ ਕਿਉਂਕਿ ਉੱਥੇ ਉਹਨਾਂ ਦੇ ਜਿਹੜੇ ਕਿ ਕੰਮ ਕਰਦੇ ਬਾਪ ਬਾਪੂ ਅਤੇ ਕੰਮ ਕਰਦੇ ਬਾਪੂ ਨੂੰ ਅਤੇ ਕੰਮ ਨੂੰ ਰੋਟੀ ਫੜਾਉਣੀ ਹੁੰਦੀ ਸੀ ਛਿੰਝ ਸ਼ਰਾਹਾਂ ਦੀ ਮੇਲਾ ਕਿੱਥੇ ਅਤੇ ਕਦੋਂ ਲੱਗਦਾ ਹੈ ਇਸ ਮੇਲੇ ਦਾ ਇਹ ਨਾਂ ਕਿਉਂ ਪਿਆ ਕਿਉਂਕਿ ਛਿੰਝ ਸ਼ਰਾਹਾਂ ਦਾ ਮੇਲਾ ਜਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ ਸ਼ੰਕਰ ਤੋਂ ਚੜ੍ਹਦੇ ਪਾਸੇ ਸ਼ਿਵਾਲਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸੇ 20 ਦੇ ਇਲਾਕੇ ਦੇ ਪਿੰਡ ਅਲਚਲਪੁਰ ਵਿਖੇ ਹਰ ਸਾਲ ਮਗਰਮੇਨੇ ਦੇ ਜੇਠੇ ਐਤਵਾਰ ਐਤਵਾਰ ਤੋਂ ਸ਼ੁਰੂ ਹੋ ਕੇ 4 ਦਿਨ ਲੱਗਦਾ ਹੈ ਮੇਲੇ ਦੇ ਸਥਾਨ ਅਲਚਲ ਦੇ ਵੱਖ-ਵੱਖ ਇਲਾਕਿਆਂ ਤੋਂ 6 ਗੰਡੀਆਂ ਆ ਕੇ ਮਿਲਦੀਆਂ ਹਨ ਛਿੰਝ ਸ਼ਰਾਹਾਂ ਦਾ ਕੇਂਦਰ ਬਿੰਦੂ ਹੋਣ ਕਰਕੇ ਇਸ ਮੇਲੇ ਦਾ ਨਾਂ ਸਿੰਜ ਚਿਰਾਹਾਂ ਦੀ ਪੈ ਗਿਆ ਕੰਨਾਂ ਦਾ ਖਿਆਲ ਹੈ ਕਿ ਚਿਰਾਹਾਂ ਸ਼ਬਦ ਅੱਛਾ ਸ਼ਾਹ ਤਾਂ ਬਣਿਆ ਹੈ ਪੁਰਾਣੇ ਸਮੇਂ ਵਿੱਚ ਵੱਡੇ ਵੱਡੇ ਸ਼ਾਹ ਲੋਕ ਖੱਤਰਾ ਉੱਤੇ ਤੰਨ ਲੱਦ ਕੇ ਇਸ ਮੇਲੇ ਵਿੱਚ ਜੂਆ ਖੇਡਣ ਤੇ ਵਪਾਰ ਕਰਨ ਲਈ ਆਉਂਦੇ ਸਨ ਗੁਰੂ ਅਰਜਨ ਦੇਵ ਜੀ ਦੀ ਸ਼ਾਹਕ ਰਚਨਾ ਕਿਹੜੀ ਹੈ ਉਸ ਬਾਰੇ ਕੁਝ ਸਤਰਾਂ ਲਿਖਣੀਆਂ ਨੇ ਠੀਕ ਹੈ ਸੋ ਉਹਨਾਂ ਦੀ ਜਿਹੜੀ ਸ਼ਾਹਕ ਰਚਨਾ ਹੈ ਉਹ ਹੈਗੀ ਆਪਣੇ ਕੋਲ ਸੁਖਮਣੀ ਠੀਕ ਹੈ ਸੁਖਮਣੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕ ਰਚਨਾ ਹੈ ਇਸ ਵਿੱਚ ਬਹੁਤ ਸਾਰੇ ਢੰਗ ਨਾਲ ਨਾਲ ਸਿਮਰਨ ਸੰਤ ਭਗਤ ਤੇ ਬ੍ਰਹਮ ਅਗਿਆਨੀ ਤੇ ਵੀ ਜੀਵਨ ਜਗ ਜੁਗਤ ਆਦਿ ਸਬੰਧੀ ਵਿਚਾਰ ਪ੍ਰਗਟ ਕੀਤੇ ਗਏ ਨੇ ਜਾਂ ਪੇਸ਼ ਕੀਤੇ ਗਏ ਹਨ ਠੀਕ ਹੈ ਸੋ ਉਸ ਤੋਂ ਬਾਅਦ ਆਪਣੇ ਕੋਲ ਸੱਸਾ ਪ੍ਰਸ਼ਨ ਸੀ ਜਿਹੜਾ ਕਿ ਇਹ ਕਵੀ ਪੰਜਾਬ ਦੀਆਂ ਮੁਟਿਆਰਾਂ ਦੀ ਸਿਫਤ ਕਿਵੇਂ ਕਰਦਾ ਹੈ ਪੰਜਾਬ ਦੀਆਂ ਮੁਟਿਆਰਾਂ ਬਹੁਤ ਹੀ ਸੁੰਦਰ ਹਨ ਉਹਨਾਂ ਦੇ ਨੈਣ ਮੁਟਕੇਲੇ ਹਨ ਤੇ ਉਹ ਚੂੜੇ ਬੀੜੇ ਪਹਿਨਦੀਆਂ ਹਨ ਜੋ ਕਿ ਉਹਨਾਂ ਨੂੰ ਬਹੁਤ ਹੀ ਫੱਬਦੇ ਹਨ ਉਹ ਹਰ ਵੇਲੇ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੀਆਂ ਰਹਿੰਦੀਆਂ ਹਨ ਉਹ ਪਹਿਹੜ ਖੂਬ ਖਬ ਪਿੰਗਾ ਛੋੜਦੀਆਂ ਹਨ ਠੀਕ ਹੈ ਲੋਕਾਂ ਵਾਲ ਰੁੱਖਾਂ ਦੀਆਂ ਨੇ ਇਹਤੇ ਕੀਤੇ ਕੀਟਾਈ ਦਾ ਇੱਕ ਨਤੀਜਾ ਨਿਕਲਿਆ ਠੀਕ ਹੈ ਤਾਂ ਕੀ ਨਤੀਜਾ ਨਿਕਲਿਆ ਠੀਕ ਹੈ ਲੋਕਾਂ ਦੁਆਰਾ ਅਨ੍ਹਾ ਇਹ ਰੁੱਖਾਂ ਦੀ ਕਟਾਈ ਕਰਨ ਨਾਲ ਹੌਲੀ-ਹੌਲੀ ਜੰਗਲ ਮੁੱਕ ਗਏ ਫਿਰ ਹੜ ਆ ਗਏ ਹੜਾਂ ਦੇ ਪਾਣੀ ਨੂੰ ਸੋਖਣ ਵਾਲੇ ਰੁੱਖਾਂ ਨਾ ਹੋਂ ਕਰਕੇ ਹੜਾਂ ਨੇਤ ਬਾਈ ਮਚਾਈ ਤੇ ਨਾਲ ਹੀ ਉਪਜਾਊ ਮਿੱਟੀ ਨੂੰ ਰੋੜ ਕੇ ਲੈ ਗਏ ਸਿੱਟੇ ਵਜੋਂ ਹਰਾ ਪ੍ਰਦੇਸ਼ ਮਾਰਥਲ ਵਿੱਚ ਬਦਲ ਗਿਆ ਤੇ ਤੇਜ਼ ਹਵਾਵਾਂ ਨਿਤ ਚਲਦੀਆਂ ਤੇ ਧਰਤੀ ਉੱਤੇ ਰਾਹ ਉੱਤੇ ਰੇਤ ਵਿਸ਼ਕ ਤੁਰ ਜਾਂਦੀਆਂ ਜਾਂਦੀਆਂ ਫਿਰ ਕਦੇ-ਕਦੇ ਸਭ ਕੁਝ ਉਡਾ ਲੈ ਜਾਂਦੀਆਂ ਲੈ ਜਾਣ ਵਾਲੀਆਂ ਤੇਜ਼ ਹਵਾਵਾਂ ਵੀ ਚਲਦੀਆਂ ਠੀਕ ਹੈ ਸੋ ਉਸ ਦੇ ਬਾਅਦ ਆਪਣੇ ਕੋਲ ਅਗਲਾ ਸਿੱਖੱਖਾ ਪ੍ਰਸ਼ਨ ਜੋ ਕਿ ਪੰਜਾਬ ਦੇ ਲੋਕ ਨੱਚ ਕਿਹੜੇ-ਕਿਹੜੇ ਹਨ ਜਿਵੇਂ ਕਿ ਗਿੱਧਾ ਭੰਗੜਾ ਝੂਮਰ ਲੱਡੀ ਤਮਾ ਸੰਮੀ ਕਿੱਕਰ ਸੋਇਕੀਕਲੀ ਪੰਜਾਬ ਦੇ ਮੇਲੇ ਲੋਕਨਾਚ ਹਣ ਸੋ ਇਹਨਾਂ ਦੇ ਨਾਮ ਤੁਸੀਂ ਯਾਦ ਕਰ ਸਕਦੇ ਹੋ ਉਸ ਤੋਂ ਬਾਅਦ ਆਪਣੇ ਕੋਲ ਹੈਗੀ ਐ ਪਤ ਪੱਤਰ ਪਰ ਆਪਾਂ ਪਹਿਲਾਂ ਮੁਹਾਵਰੇ ਕਰਾਂਗੇ ਜੋ ਕਿ ਆਪ ਨੂੰ ਆਏ ਸੀ ਮੁਹਾਵਰੇ ਮੈਂ ਤੁਹਾਨੂੰ ਦਿਖਾ ਦੇਣਾ ਕਿਹੜੇ ਕਿਹੜੇ ਸੀ ਠੀਕ ਹੈ ਸੋ ਸਾਰੇ ਬੱਚੇ ਇੱਕ ਵਾਰ ਇਹ ਮੁਹਾਵਰੇ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਤੁਹਾਨੂੰ ਮੈਨੂੰ ਪਤਾ ਤੁਹਾਡੇ ਸਾਰਿਆਂ ਦਾ ਖਿਆਲ ਪੁੱਲ ਚੁੱਕਿਆ ਠੀਕ ਹੈ ਸਾਰੇ ਜਣੇ ਇੱਕ ਵਾਰ ਦਬਾ ਕੇ ਲਾਈਕ ਟੋਕ ਦਿਓ ਤਾਂ ਜੋ ਸਾਨੂੰ ਪਤਾ ਲੱਗ ਸਕੇ ਕੌਣ-ਕੌਣ ਬੱਚਾ ਸਾਡੀ ਵੀਡੀਓ ਵੇਖ ਰਿਹਾ ਹੈ ਠੀਕ ਹੈ ਹੁਣ ਤੱਕ ਸਾਰੇ ਜਣੇ ਇੱਕ ਇੱਕ ਲਾਈਕ ਕਰਨਾ ਹੈ ਠੀਕ ਹੈ ਸਾਰਿਆਂ ਨੇ ਉਸ ਤੋਂ ਬਾਅਦ ਆਪਾਂ ਦੇਖਦੇ ਮਹਾਵਰੇ ਠੀਕ ਹੈ ਸੋ ਮਹਾਵਰੇ ਸੇ ਆਪਣਾ ਹੈਗਾ ਸੀ ਨੱਕ ਰਗੜਨਾ ਠੀਕ ਹੈ ਇੱਕ ਹੈਗਾ ਸੀ ਨੱਕ ਰਗੜਨ ਦੇ ੱਤਕਾ ਕਰਨਾ ੱਤਕਾ ਕਰਨਾ ਤੁਸੀਂ ਵੇਖੋ ੱਤਕਾ ਕਰਨ ਦੇ ਅੰਨ੍ਹਾ ਕਰਨਾ ਪੰਚਾਇਤ ਦਾ ਕੰਮ ਕਿਸੇ ਨਾਲ ੱਤਕਾ ਕਰਨਾ ਨਹੀਂ ਸਕੋ ਸਭ ਨੂੰ ਨਿਆ ਦੇਣਾ ਹੈ ਨੱਕ ਰਗੜਨਾ ਹੁੰਦਾ ਹੈ ਤਰਲੇ ਕਰਨਾ ਕੁਲਵਿੰਦਰ ਨੱਕ ਨਕਲ ਕਰ ਮਾਰਦਾ ਫੜਿਆ ਗਿਆ ਤਾਂ ਉਸ ਦੇ ਸੁਪਰੀਡੈਂਟ ਨੇ ਅੱਗੇ ਨੱਕ ਰਗੜ ਕੇ ਛੁੱਟਾ ਠੀਕ ਹੈ ਉਹ ਸੁਪਰੀਨੈਂਟ ਦੇ ਅਗਨ ਕਰਕੇ ਛੁੱਟਿਆ ਮਤਲਬ ਕਿ ਤਰਲੇਕਾਰ ਕਰਕੇ ਛੁੱਟਿਆ ਠੀਕ ਕੁਲਵਿੰਦਰ ਨਕਲ ਮਾਰਦਾ ਫੜਿਆ ਗਿਆ ਇਹ ਦੋ ਜਿਹੜੇ ਸੀ ਤੱਕਾ ਕਰਨਾ ਤੇ ਨਕ ਕਰੜਨਾ ਇਸ ਪੇਪਰ ਵਿੱਚ ਆਏ ਹੋਏ ਨੇ ਤੇ ਜਿਹੜੇ ਬਾਕੀ ਨੇ ਉਹ ਤੁਹਾਨੂੰ ਅਗਲੇ ਪੇਪਰ ਵਿੱਚ ਕਰਾਵਾਂਗੇ ਤੇ ਇਸ ਤੋਂ ਇਲਾਵਾ ਆਪਣੇ ਕੋਲ ਪਾਰਟ 2 ਦੇ ਮਹਾਰਿਆ ਵੀ ਨੇ ਪਾਜ ਖੁੱਲੇ ਜਾਣਾ ਹੈਗਾ ਸੀ ਪੇਦ ਪੇਦ ਖੁੱਲ ਜਾਣਾ ਕਿਰਾਏਦਾਰ ਨੇ ਮਾਲਕ ਮਕਾਨ ਦੇ ਕੋ ਰੇਲੇ ਕਰੇਲੂ ਝਗੜੇ ਦੇ ਪਾਜ ਖੋਲ ਦਿੱਤਾ ਪਾਪੜ ਵੇਲਣਾ ਹੁੰਦਾ ਹੈ ਵਾਹ ਲਾਉਣੀ ਜਸਬੀਰ ਨੂੰ ਅਜੇ ਤੱਕ ਨੌਕਰੀ ਨਹੀਂ ਮਿਲੀ ਤਾਂ ਉਸਨੇ ਉਹ ਰੋਟੀ ਕਮਾਉਣ ਲਈ ਕਈ ਪਾਪੜ ਵੇਲਦਾ ਹੈ ਫਿੱਕੇ ਪੈਣਾ ਦਾ ਹੁੰਦਾ ਹੈ ਸ਼ਰਮਿੰਦੇ ਹੋਣਾ ਜਦੋਂ ਉਹ ਦੂਜੀ ਵਾਰੀ ਚੋਰੀ ਕਰਦਾ ਫੜਿਆ ਗਿਆ ਤਾਂ ਉਹ ਸਾਰਿਆਂ ਸਾਹਮਣੇ ਫਿੱਕਾ ਪੈ ਗਿਆ ਬਾਹ ਪਜਣੀ ਦਾ ਹੈ ਭਰਾ ਦਾ ਮਰ ਜਾਣਾ ਲੜਾਈ ਵਿੱਚ ਭਰਾ ਦੇ ਮਰਨ ਦੀ ਖਬਰ ਸੁਣ ਕੇ ਉਸਨੇ ਕਿਹਾ ਕਿ ਮੇਰੀ ਤਾਂ ਬਹਾ ਭੱਜ ਗਈ ਬਹਾ ਭੱਜ ਗਈ ਦਾ ਮਤਲਬ ਹੁੰਦਾ ਹੈ ਭਰਾ ਦਾ ਮਰ ਜਾਣਾ ਠੀਕ ਹੈ ਸੋ ਇਹ ਸੀ ਤੁਹਾਡੇ ਸਾਰੇ ਮੁਹਾਵਰੇ ਸੋ ਅੱਗੇ ਆਪਾਂ ਪੇਪਰ ਵੇਖਦੇ ਹਾਂ ਕਿਹੜੇ-ਕਿਹੜੇ ਆਪਣੇ ਕੋ ਪੱਤਰ ਆਏ ਤੇ ਕਿਹੜੇ-ਕਿਹੜੇ ਆਪਣੇ ਕੋ ਲੇਖ ਆਏ ਸੋ ਪਿਆਰੇ ਬੱਚੋ ਮੈਂ ਥੋੜੀ ਜਾਣਕਾਰੀ ਲਈ ਤੁਹਾਨੂੰ ਦੱਸ ਦਿਆਂ ਕਿ ਮੈਂ ਜਿਹੜਾ ਕਿ ਕੁਸ਼ਨ ਤੁਹਾਨੂੰ ਕਰਾਤੇ ਆ ਆਪਾਂ ਜਿਹੜਾ ਕਿ 18ਵਾਂ ਪ੍ਰਸ਼ਨ ਕਰ ਲਿਆ ਆ ਪਾਵਰਤ ਸਪਸ਼ਟ ਕੀਤੇ ਸੀ ਫਿਰ ਆਪਾਂ ਜਿਹੜੇ ਤੁਹਾਡੇ ਪਾਠ ਪੁਸਤਿਕ ਦੇ ਪ੍ਰਸ਼ਨ ਸੀ ਓੜਾ ਆੜਾ ਈੜੀ ਸੱਸਾ ਠੀਕ ਹੈ ਤੇ ਇਸ ਤੋਂ ਇਲਾਵਾ ਆਪਣੇ ਕੋਲ ਜਿਹੜੇ ਕੀ ਸੀ ਕਵੀ ਪੰਜਾਬ ਦੀ ਮੋਟਿਆੜੀ ਦੀ ਸਿਫਤਾ ਤੇ ਲੋਕਾਂ ਦੀ ਇੰਨੇ ਵਾਰ ਰੱਖਾਂ ਦੀ ਕਟਾਈ ਵਾਲਾ ਤੇ ਪੰਜਾਬ ਦੇ ਲੋਕ ਨਾਚ ਕਿਹੜੇ-ਕਿਹੜੇ ਇਹ ਵੀ ਕਰ ਲਿਆ ਤੇ ਹੁਣ ਆਪਣੇ ਕੋਲ ਮੁਹਾਵਰੇ ਸੀ ਪੰਜ ਇਹ ਵੀ ਆਪਾਂ ਕਰ ਲਏ ਪਾਜ ਖੁਲਣੀ ਪਾਪੜ ਵੇਨਾ ਵਿੱਕੇ ਪੈਣਾ ਬਾਪਜਨੀ ਨੱਕ ਚਾੜਨਾ ਨੱਕ ਰੱਖਣਾ ਮੈਨੂੰ ਨਹੀਂ ਲੱਭਿਆ ਠ ਜਿਹਦੇ ਵਿੱਚ ਵਾਕ ਵਿੱਚ ਛੁਪਣ ਦਾਅਵ ਦੀ ਪਛਾਣ ਕਰਨੀ ਹੈ ਇਹ ਮੇਰਾ ਪੈਨ ਹੈ ਇਹਦੇ ਵਿੱਚ ਤੁਸੀਂ ਉੱਤਰ ਲਿਖ ਦੇਣਾ ਉੱਤਰ ਲਿਖ ਕੇ ਉੱਤਰ ਇਕੁਅਲ ਪਾ ਦੇਣਾ ਉਸ ਦੇ ਸਾਹਮਣੇ ਇਹ ਲਿਖ ਦੇਣਾ ਇਹ ਠੀਕ ਹੈ ਇਹ ਇਹ ਸ਼ਬਦ ਜਿਹੜਾ ਕੀ ਹੈ ਇੱਕ ਪੜਨਾਵ ਹੈ ਉਸ ਤੋਂ ਬਾਅਦ ਆਪਣੇ ਕੋਲ ਕਿਸੇ ਇੱਕ ਵਿਸ਼ੇ ਤੇ ਉਤਲੇਖ ਲਿਖਣਾ ਹੈ ਵੱਧਦੀ ਆਬਾਦੀ ਦੀ ਸਮੱਸਿਆ ਸ਼ਹੀਦ ਭਗਤ ਸਿੰਘ ਸਿਨੇਮਾ ਪ੍ਰਦੂਸ਼ਣ ਦੀ ਸਮੱਸਿਆ ਅਖਬਾਰ ਦੇ ਲਾਭ ਦੱਸਾਣੀਆਂ ਸੋ ਹੁਣ ਕੁਝ ਬੱਚੇ ਸੋਚ ਰਹੇ ਹੋਣਗੇ ਵਿਸਾਖੀ ਦਾ ਮੇਲਾ ਤਾਂ ਆਇਆ ਨਹੀਂ ਦੇ ਵਿੱਚ ਵਿਸਾਖੀ ਦਾ ਮੇਲਾ ਜਿਹੜਾ ਕੀ ਹੈ ਉਹ ਅਗਲੇ ਪੇਪਰ ਵਿੱਚ ਵੀ ਹੋਇਆ ਹੈ ਠੀਕ ਹੈ ਸੋ ਤੁਹਾਨੂੰ ਮੈਂ ਸੁਜੈਸਟ ਕਰਾਂਗਾ ਤੁਸੀਂ ਇੱਕ ਵਿਸਾਖੀ ਦਾ ਮੇਲਾ ਕਰੋ ਇੱਕ ਪ੍ਰਦੂਸ਼ਣ ਕਰ ਲਓ ਤੇ ਇੱਕ ਸਿਨੇਮਾ ਜਾਂ ਫਿਰ ਸ਼ਹੀਦ ਭਗਤ ਸਿੰਘ ਵਿੱਚੋਂ ਇੱਕ ਕਰ ਲਓ ਠੀਕ ਹੈ ਸੋ ਇਹ ਦੋ ਕਰ ਲਓ ਦੋ ਬੋਤਨੇ ਤੁਹਾਡੇ ਲਈ ਵਿਸਾਖੀ ਦਾ ਮੇਲਾ ਪ੍ਰਦੂਸ਼ਣ ਦੀ ਸਮੱਸਿਆ ਇਹ ਦੋ ਤਦੋ ਓਡੀਟ ਹੈ ਜੇ ਤੁਸੀਂ ਸਿਨੇਮਾ ਸਿਨੇਮਾ ਜਾਂ ਸ਼ਹੀਦ ਭਗਤ ਸਿੰਘ ਵਿੱਚ ਦੋ ਕਰਨਾ ਚਾਹੁੰਦੇ ਹੋ ਜਾਂ ਫਿਰ ਪ੍ਰਦੂਸ਼ਣ ਦੀ ਸਮੱਸਿਆ ਜਾਂ ਵਿਸਾਖੀ ਦਾ ਮੇਲਾ ਕਰਨਾ ਚਾਹੁੰਦੇ ਹੋ ਸੋ ਇਹਨਾਂ ਚਾਰਾਂ ਦੇ ਵਿੱਚੋਂ ਤੁਹਾਨੂੰ ਇੱਕ 100% ਆਵੇਗਾ ਵਿਸਾਖੀ ਦਾ ਮੇਲਾ ਤਾਂ ਆਏਗਾ ਹੀ ਆਏਗਾ 100% ਠੀਕ ਹੈ ਜੇ ਇਹ ਨਹੀਂ ਆਉਂਦਾ ਫਿਰ ਤੁਹਾਨੂੰ ਜਿਹੜਾ ਕੀ ਇਹਨਾਂ ਵਿੱਚੋਂ ਤਿੰਨਾਂ ਵਿੱਚੋਂ ਦੋ ਆਉਣਗੇ ਸ਼ਹੀਦ ਭਗਤ ਸਿੰਘ ਸਿਨੇਮਾ ਤੇ ਪ੍ਰਦੂਸ਼ਣ ਦੀ ਸਮੱਸਿਆ ਠੀਕ ਹੈ ਸੋ ਇਸ ਗੱਲ ਨੂੰ ਤੁਸੀਂ ਸਮਝ ਹੀ ਹੋਗੇ ਸੋ ਮੈਨੂੰ ਉਮੀਦ ਹੈ ਅੱਗੇ ਅਸੀਂ ਤੁਹਾਡੇ ਕੋਲੋਂ ਕਿਸੇ ਦੋ ਵਿਸ਼ਿਆਂ ਤੇ ਬਿਨੇ ਪੱਤਰ ਲਿਖਣਾ ਹੈ ਸੋ ਪਹਿਲਾ ਹੈ ਫੀਸ ਮਾਫੀ ਲਈ ਦੂਜਾ ਹੈ ਡਾਕ ਪ੍ਰਬੰਧ ਨੂੰ ਸੁਧਾਰਨ ਲਈ ਠੀਕ ਹੈ ਸੋ ਆਪਾਂ ਇਹ ਸਾਰੇ ਕਰਾਂਗੇ ਮੈਂ ਤੁਹਾਨੂੰ ਦਿਖਾ ਦੇਵਾਂਗਾ ਬਟ ਤੁਸੀਂ ਆਪੇ ਪੜ੍ਹ ਲੈਣਾ ਠੀਕ ਹੈ ਮੈਂ ਤੁਹਾਨੂੰ ਪੁਆਇੰਟ ਦੱਸ ਦਿਆ ਜਾਵਾਂਗਾ ਸੋ ਇੱਕ ਵਾਰ ਮੈਂ ਤੁਹਾਨੂੰ ਇਹ ਲੇਖ ਖਾੜਨਾ ਜਲਦੀ ਜਲਦੀ ਠੀਕ ਹੈ ਸਾਰੇ ਬੱਚੇ ਵੀਡੀਓ ਤੇ ਬਨੇ ਰਹਿਣਾ ਵੀਡੀਓ ਨੂੰ ਸਕਿੱਪ ਨਾ ਕਰਨਾ ਆਪਾਂ ਲੇਖ ਵੇਖ ਲੈਂਦੇ ਕਿਹੜੇ-ਕਿਹੜੇ ਨੇ ਠੀਕ ਹੈ ਸੋ ਲੇਖ ਵੇਖਦੇ ਆਂ ਲੇਖ ਕਿਹੜੇ-ਕਿਹੜੇ ਨੇ ਉਸ ਤੋਂ ਬਾਅਦ ਆ ਆ ਸਿਨੇਮੇ ਸੀ ਸਿਨੇਮਾ ਦਾ ਤੁਸੀਂ ਇਦਾਂ ਲਿਖੋਗੇ ਸਿਨੇਮੇ ਲਿਖ ਕੇ ਉਸ ਬਦ ਸਿਨੇਮੇ ਦੇ ਲਾਭ ਬਹੁਤ سارے ਲਾਭ ਵੀ ਹਨ ਤੇ ਨੁਕਸਾਨ ਵੀ ਹਨ ਠੀਕ ਹੈ ਲਾਭ ਲਿਖਾਂਗੇ ਕਿਹੜੇ-ਕਿਹੜੇ ਦਿਲ ਪਰਚਾਵੇ ਦਾ ਸਾਧਨ ਹੈ ਜਾਣਕਾਰੀ ਦਾ ਸਾਧਨ ਹੈ ਠੀਕ ਹੈ ਸਕਰੀਨ ਦੇ ਉੱਪਰ ਆਪੇ ਤੁਸੀਂ ਪੜ ਲੈਣਾ ਠੀਕ ਹੈ ਇਹਨੂੰ ਪੜੋਗੇ ਤਾਂ ਤੁਹਾਨੂੰ ਯਾਦ ਹੋਵੇਗਾ ਉਸ ਸਿੱਖਿਆ ਦਾ ਸਾਧਨ ਹੈ ਠੀਕ ਹੈ ਕਿ ਸਿਨੇਮਾ ਇਹ ਵੀ ਇਹਦਾ ਲਾਭ ਹੈ ਇਸ ਤੋਂ ਇਲਾਵਾ ਰੋਜ਼ਗਾਰ ਦਾ ਸਾਧਨ ਹੈ ਸਿਨੇਮਾ ਕਰ ਕਰ ਦੇ ਵਾਤਾਵਰਣ ਤੋਂ ਬਾਹਰ ਨਿਕਲਣਾ ਵੀ ਇੱਕ ਠੀਕ ਹੈ ਤੇ ਇਹਦੀ ਹਾਨੀਆਂ ਜਿੱਥੇ ਤੱਕ ਸਿਨੇਮੇ ਦੇ ਲਾਭ ਹਨ ਉੱਥੇ ਤੱਕ ਇਸ ਦੀ ਕੁਝ ਹਾਨੀਆਂ ਵੀ ਨੇ ਹਾਨੀਆਂ ਮਾ ਵੇਖਾਂਗੇ ਸੋ ਇਸ ਤੋਂ ਇਲਾਵਾ ਸਾਰਾਂ ਚ ਦੱਸਾਂਗੇ ਕਿ ਮੁੱਖੀ ਗੱਲ ਇਹ ਕਿ cinema ਵੀ ਦਿਲ ਦਾ ਪ੍ਰਚਾ ਹੈ ਪ੍ਰਚਾਵੇ ਦਾ ਵਧੀਆ ਤੇ ਸਸਤਾ ਸਾਧਨ ਹੈ ਪਰ ਇਸ ਅਸ਼ੀਲਤਾ ਨੂੰ ਨਹੀਂ ਇਸ ਦੀ ਅਸ਼ੀਲਤਾ ਨੂੰ ਨਹੀਂ ਆਉਣ ਦੇਣਾ ਚਾਹੀਦਾ ਸਰਕਾਰ ਨੂੰ ਅਸ਼ੀਲਤਾ ਉੱਪਰ پابੰਦੀ ਲਾਉਣੀ ਚਾਹੀਦੀ ਹੈ ਨਾਲ ਹੀ ਬਹੁਤ ਸਾਰੇ cinema ਦੇਖਣ ਵੀ ਚੰਗਾ ਨਹੀਂ ਕਿਉਂਕਿ ਇਸ ਦੇ ਸਾਡੇ ਆਚਰਣ ਤੋਂ ਮੇ ਖਰਾਬ ਹੁੰਦੇ ਹਨ ਸੋ ਇਹ ਹੈ ਸਾਰੰਚ ਪੁਆਇੰਟਾਂ ਵਿੱਚ ਲਿਖਣਾ ਤਾਂ ਹੀ ਤੁਹਾਨੂੰ ਪੂਰੇ ਨੰਬਰ ਮਿਲਣਗੇ ਪ੍ਰਦੂਸ਼ਣ ਜਿਹੜੇ ਬੱਚਾ ਕਰਨ ਚਾਹੁੰਦਾ ਪ੍ਰਦੂਸ਼ਣ ਕਰ ਸਕਦਾ ਧਰਤੀ ਉੱਪਰ ਜੀਵਾਂ ਦੀ ਬਨਸਪਤੀ ਦੇ ਹੋਣ ਦਾ ਪ੍ਰਦੂਸ਼ਣ ਠੀਕ ਹੈ ਇਸ ਤੋਂ ਇਲਾਵਾ ਪ੍ਰਦੂਸ਼ਣ ਹੁੰਦਾ ਹੈ ਵਾਯੂ ਪ੍ਰਦੂਸ਼ਣ ਠੀਕ ਹੈ ਸਕੇਨ ਦੇ ਵਿੱਚ ਪ੍ਰਵੇਸ਼ ਕਰਦੇ ਹੋ ਇਹ ਵਾਯੂ ਪ੍ਰਦੂਸ਼ਣ ਹੈ ਉਸ ਤੋਂ ਇਲਾਵਾ ਹੈਗਾ ਆਪਣੇ ਕੋਲ ਜਲ ਪ੍ਰਦੂਸ਼ਣ ਉਸ ਤੋਂ ਇਲਾਵਾ ਆਪਣੇ ਕੋਲ ਹੈਗਾ ਮਿੱਟੀ ਪ੍ਰਦੂਸ਼ਣ ਠੀਕ ਹੈ ਇਹ ਮਿੱਟੀ ਪ੍ਰਦੂਸ਼ਣ ਹੈ ਸੋ ਵੀਡੀਓ ਨੂੰ ਤੁਸੀਂ ਰੋਕ ਰੋਕ ਕੇ ਆਪੇ ਪੜ੍ਹ ਲੈਣਾ ਠੀਕ ਹੈ ਕਿਉਂਕਿ ਆਪਾਂ ਜਦਾ ਸਮਾਂ ਵੇਸਟ ਨਾ ਕਰਦੇ ਹੁੰਦੇ ਅੱਗੇ ਪੇਪਰ ਨਾਲ ਵਧਾਂਗੇ ਤੁੰਨੀ ਪ੍ਰਦੂਸ਼ਣ ਵੀ ਹੈਗਾ ਆਪਣੇ ਕੋਲ ਤੁੰਨੀ ਪ੍ਰਦੂਸ਼ਣ ਇਹ ਕੁਝ ਇਸ ਤਰ੍ਹਾਂ ਦੇ ਪ੍ਰਦੂਸ਼ਣ ਸੀ ਰੇਡੀਓ ਐਕਟਿਵ ਪ੍ਰਦੂਸ਼ਣ ਹੈਗਾ ਖੁਰਾਕ ਵਿੱਚ ਪ੍ਰਦੂਸ਼ਣ ਵੀ ਹੈਗਾ ਠੀਕ ਹੈ ਸੋ ਇਹਨਾਂ ਵਿੱਚ ਕੋਈ ਵੀ ਪ੍ਰਦੂਸ਼ਣ ਤੇ ਜਿਹੜਾ ਲੇਖ ਲਿਖਣਾ ਚਾਹੁੰਦਾ ਬੱਚਾ ਉਹ ਇਹ ਯਾਦ ਕਰ ਸਕਦਾ ਹੈ ਸਾਰੰਚ ਤੁਸੀਂ ਇਹ ਵੇਖਦੇ ਹੋ ਇਹ ਸਾਰੰਚ ਹੈਂਦਾ में तो शहीद भगत सिंह भी आपको दिखा देना जल्दी जल्दी शहीद भगत सिंह के किया गया आई थिंक शहीद भगत सिंह नहीं किया सिनेमेमे तो प्रदूषण किया शहीद भगत सिंह नहीं किया सो मैं तो दो कराते ठीक है इस दाक़ी आप जो तो करना चाहते कर सदते हो ठीक है जे तीस शहीद भगत सिंह करना चाहते हो शहीद भगत सिंह कर सकते हो तो अपने कुछ फीस मुसी मुआफी वाली जी पत्थर आई जिने लिखाए सेवा विखे ये इधर आना लिखा गया इस सैड तो आएगा सेवा विखे सो यह ना कर देना सेवा विखे लैफ्ट सइड ठीक है ਉਸ ਤੋਂ ਬਾਅਦ ਆਪਾਂ ਇੱਥੇ ਲਿਖਾਂਗੇ ਮੁਖ ਅਧਿਆਪਕ ਜੀ ਸਕੂਲ ਦਾ ਨਾਮ ਡੈਸ਼ ਡੈਸ਼ ਪਿੰਡ ਜ਼ਿਲ੍ਹਾ ਆਪਣਾ ਕਿਹੜਾ ਠੀਕ ਹੈ ਉਸ ਤੋਂ ਬਾਅਦ ਇੱਥੇ ਲਿਖਾਂਗੇ ਸ਼੍ਰੀਮਾਨ ਜੀ ਪਿੱਛੇ ਕੋਮਾ ਲਿਖ ਦਾਂਗੇ ਠੀਕ ਹੈ ਸੋ ਉਸ ਤੋਂ ਬਾਅਦ ਆਪਣੇ ਕੋਲ ਆ ਜਾਏਗਾ ਸ੍ਰੀਮਾਨ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਮੈਂ ਆਪ ਦੇ ਸਕੂਲ ਵਿੱਚ 7ਵੀਂ ਜਮਾਤ ਦਾ ਵਿਦਿਆਰਥੀ ਹਾਂ ਜਾਂ ਫਿਰ 8ਵੀਂ ਜਮਾਤ ਦਾ ਵਿਦਿਆਰਥੀ ਹਾਂ ਮੈਂ 6ਵੀਂ ਮੈਂ 6ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚ ਸਾਈ ਜਮਾਤ ਵਿੱਚ ਅਵਲ ਅਵਲ ਮਤਲਬ ਹੁੰਦਾ ਹੈ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਰਿਹਾ ਹਾਂ ਮੇਰੇ ਪੜਨ ਨੂੰ ਬਹੁਤ ਦਿਲ ਮੇਰਾ ਪੜਨ ਨੂੰ ਬਹੁਤ ਦਿਲ ਕਰਦਾ ਹੈ ਪਰ ਮੇਰੇ ਜਿਹੜੇ ਪਿਤਾ ਜੀ ਇੱਕ ਕਾਰਖਾਨੇ ਵਿੱਚ ਚੱਪੜਾਸੀ ਹਨ ਉਹਨਾਂ ਦੀ ਤਨਖਾਹ ਬਹੁਤ ਹੀ ਬਹੁਤੀ ਨਹੀਂ ਹੈ ਤੇ ਉਹਨਾਂ ਦੀ ਬਹੁਤੀ ਨਹੀਂ ਹੈ ਤੇ ਉਹਨਾਂ ਦੀ ਤਨਖਾਹ ਨਾਲ ਸਾਡੇ ਘਰ ਦੀ ਜਿਹੜੀ ਕਿ ਪੰਜ ਪੰਜ ਜੀਆਂ ਦਾ ਗੁਜ਼ਾਰਾ ਜਿਹੜਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ इस गरीबी करके मेरे पिता जी मेरे स्कूल की फीस नहीं दे सकते कृपा करके मेरी पढ़ाई रुचि में ध्यान रखते हुए मे आप मेरी पूरी फीस माफ़ कर दौ मैं आप जी का बहुत धनवादी होवागा आप जी का आग् करी डैश ठीक है जो भी थोड़ा नाम है रोल नंबर आप लिख देना छत्तवीं ज अठवीं थोड़ी ए है या बी इस साइड तो मि लिख देना उन्नीस सितंबर दो हज़ार ਦੇ ਠੀਕ ਹੈ ਸੋ ਨੈਕਸਟ ਆਪਣੇ ਕੋਲ ਜਾਵਿਚੇ ਪੁੱਛੀ ਗਈ ਸੀ ਜੋ ਕਿ ਹੈ ਡਾਕਰ ਵਾਲੀ ਠੀਕ ਹੈ ਉਹ ਆਪਾਂ ਤੁਹਾਨੂੰ ਕਰਾ ਦੇਣੇ ਡਾਕ ਡਾਕਰ ਪ੍ਰਬੰਧਨ ਸੁਧਾਰਨ ਦੇ ਲਈ ਠੀਕ ਹੈ ਇਹ ਲਈ ਆਪਣੇ ਕੋਲ ਡਾਕ ਪ੍ਰਬੰਧ ਸੁਧਾਰਨ ਦੇ ਲਈ ਪੋਸਟ ਮਾਸਟਰ ਨੂੰ ਪੱਤਰ ਠੀਕ ਹੈ ਇਥੇ ਲਿਖਾਂਗੇ ਪੋਸਟ ਮਾਸਟਰ ਸਾਹਿਬ ਜਨਰਲ ਪੋਸਟ ਆਫਿਸ ਇਸਟਾਟੇ ਸੇਵਾਇਕ ਡਾਕ ਪ੍ਰਬੰਧਨ ਸੁਧਾਰਨ ਸੰਬੰਧੀ ਵਿਸ਼ਾ ਆਏਗਾ ਸ਼੍ਰੀਮਾਨ ਜੀ ਠੀਕ ਹੈ ਸੋ ਇਹ ਤੋਂ ਦੀਏ ਉਪਰੋਕਤ ਵਿਚਾਰ ਅਨੁਸਾਰ ਮੈਂ ਆਪਣੇ ਮੁਹੱਲੇ ਦੀ ਡਾਕੀ ਰਾਜਪਾਲ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਉਹ ਨੌਕਰੀ ਪ੍ਰਤੀ ਬਹੁਤ ਹੀ ਲਾਪਰਵਾਹ ਹੈ ਉਹ ਕਦੇ ਕਿਸੇ ਦੀ ਡਾਕ ਸਮੇਂ ਸਿਰ ਨਹੀਂ ਬੰਦਦਾ ਕਈ ਵਾਰ ਉਹ ਚਿੱਠੀਆਂ ਗਲਤ ਪਤੇ ਤੇ ਸੁੱਟ ਜਾਂਦਾ ਹੈ ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਿਛਲੇ ਹਫ਼ਤੇ ਮੇਰੇ ਭਰਾ ਦੀ ਨੌਕਰੀ ਦੀ ਇੰਟਰਵਿਊ ਦੀ ਚਿੱਠੀ ਉਹ 4 ਦਿਨ ਲੇਟ ਦੇ ਕੇ ਗਿਆ ਜਿਸ ਕਾਰਨ ਮੇਰੇ ਭਰਾ ਇੰਟਰਵਿਊ ਨਹੀਂ ਦੇ ਸਕਿਆ ਇਸ ਤਰ੍ਹਾਂ ਕਈ ਲੋਕਾਂ ਨੂੰ ਡਾਕੇ ਕਾਰਨ ਦਿੱਕਤ ਪੇਸ਼ ਆ ਰਹੀ ਸੀ ਠੀਕ ਹੈ ਮੈਂ ਉਮੀਦ ਕਰਦਾ ਹਾਂ ਕਿ ਆਪ ਮੈਂ ਆਪ ਡਾਕੀ ਨੂੰ ਤਾੜਨਾ ਕਰੋਗੇ ਕਿ ਉਹ ਅੱਗੇ ਤੋਂ ਆਪਣੀ ਜਿਹੜੀ ਨੌਕਰੀ ਜ਼ਿੰਮੇਵਾਰ ਨਾਲ ਨਿਭਾਵੇ ਧੰਨਵਾਦ ਸਾਬ ਜੀ ਦਾ ਵਿਸ਼ਵਾਸ ਪਾਤਰ ਜੋ ਵੀ ਤੁਹਾਡਾ ਨਾਮ ਹੋਵੇਗਾ ਇਸ ਸੜ ਦੇ ਤੁਸੀਂ ਤਰੀਕ ਲਿਖ ਦੇਣਾ 19 ਸਤੰਬਰ 2023 ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲ ਹੈਗੇ ਨੇ ਪ੍ਰਸ਼ਨ ਵੇਖ ਲੈਂਦੇ ਆਪਣੇ ਕੋਲ ਕਿਹੜਾ ਪ੍ਰਸ਼ਨ ਪੁੱਛਿਆ ਗਿਆ ਠੀਕ ਹੈ 20 ਮਿੰਟ ਦੀ ਵੀਡੀਓ ਹੋ ਗਈ ਹੈ ਆਈ ਥਿੰਕ 40 ਮਿੰਟ ਦੀ ਵੀਡੀਓ ਹੋਵੇਗੀ ਠੀਕ ਹੈ ਕਿਉਂਕਿ ਇੱਕ ਹੋਰ ਪੇਪਰ ਆਪਾਂ ਕਰਨਾ ਹੈ ਠੀਕ ਹੈ ਸੋ 100% ਦੋਨਾਂ ਪੇਪਰ ਵਿੱਚ ਇੱਕ ਪੇਪਰ ਆਏਗਾ ਤੁਹਾਡੇ ਸਕੂਲ ਦੇ ਵਿੱਚ ਅਸੀਂ ਗਾਰੰਟੀ ਲੈਂਦੇ ਹਾਂ 100% ਠੀਕ ਹੈ ਸੋ ਜਿਹੜੇ ਬੱਚੇ ਹਲੇ ਤੱਕ ਵੀ ਵੀ ਕੀ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਜਾਂ ਨਹੀਂ ਦੇਖ ਰਹੇ ਹੋ ਠੀਕ ਹੈ ਸੋ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਤੁਸੀਂ ਵੀਡੀਓ ਦੇਖਦੇ ਹੋ ਜਾਂ ਨਹੀਂ ਸਾਰੇ ਜਣ ਇੱਕ ਵਾਰ ਲਾਈਕ ਕਰ ਦੇਣਾ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦੇਣਾ ਜਿਨ੍ਹਾਂ ਨੇ ਕਰਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਾਂ ਫਿਰ ਐਨੀ ਵੇਅਰ ਕੁਝ ਵੀ ਲਿਖ ਸਕਦੇ ਹੋ ਆਪ ਦਾ ਨਾਮ ਲਿਖ ਸਕਦੇ ਹੋ ਆਪ ਦਾ ਸ਼ਹਿਰ ਦਾ ਨਾਮ ਲਿਖ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਤੁਸੀਂ ਇਮੋਜੀ ਸੈਂਡ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਠੀਕ ਹੈ ਸੋ ਇੱਕ ਵਾਰ ਸਾਰੇ ਜਣੇ ਕਮੈਂਟ ਸੈਕਸ਼ਨ 'ਤੇ ਪਾਰ ਦੋ ਠੀਕ ਹੈ ਤੇ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਨਾ ਭੁੱਲਣਾ ਸਾਰੇ ਜਾਨੀ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਆਉਣ ਵਾਲੇ ਤੁਹਾਡੇ ਨਵੰਬਰ ਦੇ ਵਿੱਚ ਪੇਪਰ ਤੇ ਆਉਣ ਵਾਲੇ ਤੁਹਾਡੇ ਮਾਰਚ ਫਾਈਨਲ ਪੇਪਰ ਸਾਰੇ ਇਹ ਹਾਲ ਕਿਤੇ ਮਿਲਣਗੇ ਸਾਡੇ ਚੈਨਲ ਦੇ ਉੱਪਰ ਠੀਕ ਹੈ ਸੋ ਨੈਕਸਟ ਆਪਾਂ ਦੇਖਾਂਗੇ ਜੋ ਕਿ ਇਹ ਫੀਸ ਆ ਹੋ ਗਿਆ ਆਪਣਾ 13ਵਾਂ ਸਾਰਾ ਹੋ ਗਿਆ ਠੀਕ ਹੈ ਵਿਸ਼ੇ ਤੇ ਲੇਖ ਲਿਖਣਾ ਲੇਖ ਤੁਹਾਨੂੰ ਮੈਂ ਪ੍ਰਦੂਸ਼ਣ ਦੀ ਸਮੱਸਿਆ ਤੇ ਸਿਨਮਾ ਕਰਾਤਾ ਠੀਕ ਹੈ ਅਖਬਾਰ ਵਾਲਾ ਕਰਨਾ ਚਾਹੁੰਦੇ ਇੱਕ ਆਰ ਲੋ ਅਸ਼ੀਰ ਬਾਗ ਸਿੰਘ ਕਰਨਾ ਚਾਹੁੰਦੇ ਇੱਕ ਆਰ ਲੋ ਵਧੀ ਬਾਦੀ ਸਮੱਸਿਆ ਇਹ ਕਾ ਉਹ ਤੁਹਾਡੀ ਇੱਛਾ ਹੈ ਬਟ ਮੈਂ ਤੁਹਾਨੂੰ ਦੱਸਤਾ ਸੀ ਪਹਿਲੇ ਕਿਹੜੇ-ਕਿਹੜੇ ਤੁਸੀਂ ਕਰਨੇ ਨੇ ਦੋ ਇਹਨਾਂ ਵਿੱਚੋਂ ਜਾਂ ਕਰ ਲੋ ਦੂਜਾ ਫਿਰ ਵਿਸਾਖੀ ਦਾ ਮੇਲਾ ਜਾਂ ਅਸ਼ੀਰ ਬਾਗ ਸਿੰਘ ਇਹਨਾਂ ਦੋਨਾਂ ਨੂੰ ਚੈੱਕ ਕਰ ਲੋ ਪੱਤਰ ਆਪਾਂ ਦੋਵੇਂ ਕਰ ਲੈ ਫੀਸ ਮਾਫੀ ਵਾਲੀ ਤੇ ਡਾਕ ਪ੍ਰਬੰਧ ਸੁਧਾਰਨ ਵਾਲੀ ਸੋ ਉਸ ਤੋਂ ਬਾਅਦ ਆਪ ਨੂੰ ਸਾਰਥਕ ਸ਼ਬਦ ਲੱਭਣੇ ਹੁੰਦੇ ਆ ਠ ए थल थलों दोपहर बन जाएगा वाला दोपहर ठीक है यह है अपने को साफ यह है अपने को हार्ड ठीक है इस तू तो अपने इस अलावा अपने औरत थले बन जाएगा औरत और ये अपने को ऊठ तो बन जाएगा, जाएगा सो ये अठ शब्द अं अपने जो कि मैं लभते हैं तो उस तो उसके जो कि 15ਵੇਂ ਮਾਹ ਦੀ ਦੇ ਵਿੱਚ ਆਪਾਂ ਦੱਸਣਾ ਉਹਦੇ ਲਈ ਕਿਸੇ ਦੋ ਵਿੱਚੋਂ ਇੱਕ ਦੀ ਪਰਿਭਾਸ਼ਾ ਦੱਸਣੀ ਹੈ ਆਪਾਂ ਦੋਵਾਂ ਦੀ ਦੱਸਾਂਗੇ ਵਿੱਚ ਜਾਂ ਆਈ ਹੋਈ ਹੈ ਵੈਸੇ ਤਾਂ ਪੜਨਾਵ ਦੀ ਪਰਿਭਾਸ਼ਾ ਲਿਖਣੀ ਹੈ ਤੇ ਜਾਂ ਫਿਰ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖਣੀ ਸੋ ਮੈਂ ਤੁਹਾਨੂੰ ਜਲਦੀ ਜਲਦੀ ਕਰਾ ਦੇਣਾ ਕਿਹੜੀ ਕਿਹੜੀ ਪਰਿਭਾਸ਼ਾ ਹੈ ਠੀਕ ਹੈ ਸੋ ਵੈਸੇ ਸੋ ਤੁਸੀਂ ਪੜਨਾਵ ਕਿਸ ਨੂੰ ਆਖਦੇ ਹਨ ਠੀਕ ਹੈ ਸੋ ਪੜਨਾਵ ਜਿਹੜਾ ਕੀ ਇਹਦੀ ਪਰਿਭਾਸ਼ਾ ਦੱਸਾਂਗੇ ਵਾਕ ਵਿੱਚ ਜਿਹੜਾ ਸ਼ਬਦ ਕਿਸੇ ਨਾਮ ਦੀ ਜਗ੍ਹਾ ਵਰਤਿਆ ਜਾਵੇ ਉਹ ਪੜਨਾਵ ਆਖਵਾਉਂਦਾ ਹੈ ਜਿਵੇਂ ਕਿ ਮੈਂ ਅਸੀਂ ਸਾਡਾ ਤੂੰ ਤੁਸੀਂ ਇਹ ਉਹ ਆਪ ਆਦੀ ਇਹ ਤੁਸੀਂ ਲਿਖਣਾ ਚਾਹੁੰਦੇ ਹੋ ਉਦਾਹਰ जो शब्द किरिया की विशेषता दसी दस्य अर्थात किरिया का ढंग समा या स्थान प्रगट करे उसने किरिया विशेषण किया जाता है इसलिए वाहकों को ध्यान रो जमें कि शीला तुरद है ठीक है एक आप उदाहरण देती ठीक है सो यहाँ पेपर खत्म हो जाएगा इतने ठीक है सारा से सारा मैं पेपर कराता हम आपको करा पहला पेपर कह अपने को जोड़ा कि हंडर्ड प्रसेंट आएगा ठीक है सो वाला पेपर तो हंड्रेड प्रसेंट करना ही है प्यारे बचो ठीक है सो यहाँ पेपर अपना सारा कंप्लीट ठीक है किरिया विशेषण तो चेक कर सारा पेपर आपका एक वर्ग कर लिया सो वाला पेपर आप देखते हैं है ठीक है ਸ਼ਾਇਦ ਉਹ ਪੇਪਰ ਤੁਸੀਂ ਵੇਖ ਵੀ ਲਿਆ ਹੋਵੇ YouTube ਤੇ ਆਈ ਥਿੰਕ ਆਈ ਡੋਟ ਨਾਟ ਨਾਓ ਠੀਕ ਹੈ ਸੋ ਇਹ ਵਾਲਾ ਪੇਪਰ ਹੈ ਆਪਣਾ ਕੋ ਸਤੰਬਰ ਪ੍ਰੀਖਿਆ 2022 ਠੀਕ ਹੈ ਸੋ ਤੁਹਾਨੂੰ ਇਹ ਦਿੱਕਤ ਦਾ ਸਾਹਮਣਾ ਕਰਨਾ ਕਿ 2022 ਲਿਖਿਆ ਹੋਇਆ ਹੈ ਠੀਕ ਹੈ ਸੋ ਇੱਧਰ ਧਿਆਨ ਨਹੀਂ ਦੇਣਾ ਠੀਕ ਹੈ ਇਹ 100% ਰੀਅਲ ਹੈ ਠੀਕ ਹੈ ਸੋ ਅੱਜ ਤੱਕ ਮੇਰੇ ਇੱਥੇ ਪਿੰਡ ਦੇ ਵਿੱਚ ਸਕੂਲ ਹੈ ਠੀਕ ਹੈ ਸੋ ਉੱਥੇ ਜਿੰਨੇ ਵੀ ਪੇਪਰ ਹੋਏ ਨੇ ਨਾ ਸਤੰਬਰ ਨੂੰ ਮਿਟੇ ਕੇ ਇੱਥੇ ਲਿਖਿਆ ਹੋਇਆ ਹੈ 2023 ਇੱਥੇ ਆਪਦੇ ਸਕੂਲ ਦਾ ਨਾਮ ਲਿਖ ਦਿੰਦੇ ਆ ਟੀਚਰ ਠੀਕ ਹੈ ਸੋ ਇਹ ਵਾਲਾ ਪੇਪਰ 10 ਇਦ ਨੂੰ ਚੇਂਜ ਕਰਕੇ 2023 ਵੀ ਕਰ ਦਿੰਦੇ ਆ ਟੀਚਰ ਠੀਕ ਹੈ ਸੋ ਜ਼ਿਆਦਾਤਰ ਸਕੂਲਾਂ ਵਿੱਚ ਇਹੀ ਪੇਪਰ ਆਉਣਾ ਹੈ ਠੀਕ ਹੈ ਸੋ ਦੇਖੋ ਇਹਦੇ ਵਿੱਚ ਸੁੰਦਰ ਲਿਖਾਈ ਦੇ 5 ਨੰਬਰ ਨੇ ਠੀਕ ਹੈ ਸੋ ਆਪਣੇ ਕੋਲ ਬਲਜੀਤ ਬਲਜੀਤ ਬੜੀ ਸਿਆਣੀ ਕੁੜੀ ਸੀ ਉਹ 10ਵੀਂ ਸ਼੍ਰੇਣੀ ਵਿੱਚ ਪੜਦੀ ਸੀ ਉਸ ਦਾ ਭਰਾ ਏਕਮ ਬੜੀ ਠੀਕ ਹੈ ਸੋ ਇਹ ਵਾਲਾ ਤੁਸੀਂ ਆ ਪੜ ਲੈਣਾ ਪੈਣਾ ਠੀਕ ਹੈ ਸੋ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਣਾ ਹੈ ਪ੍ਰਸ਼ਨ ਕਿਹੜੇ-ਕਿਹੜੇ ਨੇ ਆਪਣੇ ਕੋਲ ਬਲਜੀਤ ਕਿਹੜੀ ਸ਼੍ਰੇਣੀ ਵਿੱਚ ਪੜਦੀ ਸੀ ਬਲਜੀਤ 10ਵੀਂ ਸ਼੍ਰੇਣੀ ਵਿੱਚ ਪੜਦੀ ਸੀ ਠੀਕ ਹੈ ਏਕਮ ਨੂੰ ਕਿਹੜੀ ਖੇਡ ਖੇੜਨ ਦਾ ਚੌਂਕ ਸੀ ਫੁੱਟਬਾਲ ਖੇੜਨ ਦਾ ਚੌਂਕ ਸੀ ਠੀਕ ਹੈ ਸੋ ਉੱਪਰ ਮੈਂ ਸਾਰੇ ਹਾਈਲਾਈਟ ਕਰ ਦਿੱਤੇ ਸੀ ਦੇਖ ਸਕਦੇ ਹੋ ਤੁਸੀਂ ਪੈਰਾ ਪੜ ਲੈਣਾ ਠੀਕ ਹੈ ਖੁਦ ਤੇ ਨਾਲ ਦੀ ਨਾਲ ਮੈਂ ਹਾਈਲਾਈਟ ਵੀ ਕੀਤੇ ਹੋਇਆ ਕਿੱਥੇ-ਕਿੱਥੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹੋਏ ਆ ਠੀਕ ਹੈ ਸੋ ਜਦੋਂ ਤੁਸੀਂ ਨੂੰ ਪੜੋਗੇ ਤੁਸੀਂ ਸੋ ਤੁਹਾਨੂੰ ਨਾਲ ਦੀ ਨਾਲ ਪੜਾ ਕੇ ਪਤਾ ਲੱਗ ਜਾਏਗਾ ਠੀਕ ਹੈ ਸੋ ਆਪਾਂ ਦੇਖਦੇ ਹਾਂ ਪ੍ਰਸ਼ਨ ਦੂਜਾ ਏਕਮ ਨੂੰ ਕਿਹੜੀ ਖੇਡ ਖੇੜਨ ਦਾ ਚੌਂਕ ਸੀ ਫੁੱਟਬਾਲ ਤੀਜਾ ਹੈ ਸਕੂਲ ਵਿੱਚ ਕੁੜ ਸਕੂਲ ਦਾ ਵਿਦਿਅਕ ਟੂਰਲ ਜਾਣ ਦਾ ਫੈਸਲਾ ਕਿੱਥੇ ਕੀਤਾ ਗਿਆ ਸੀ ਇੱਥੇ ਟੂਰ ਜਾਣਾ ਚਾਹੁੰਦਾ ਸੀ ਚੰਡੀਗੜ੍ਹ ਜਾਣਾ ਚਾਹੁੰਦਾ ਸੀ ਸੋ ਇੱਥੇ ਲਿਖਿਆ ਹੋਇਆ ਵੇਖ ਸਕਦੇ ਹੋ ਇਸ ਸਾਲ ਵਿਦਿਆਰਥੀਆਂ ਦਾ ਟੂਰ ਚੰਡੀਗੜ੍ਹ ਜਾਇਆ ਜਾਵੇ ਠੀਕ ਹੈ ਸੋ ਇਹ ਲਾਈਨ ਲਿਖੀ ਹੋਈ ਸੀ ਇਸ ਲਈ ਚੰਡੀਗੜ੍ਹ ਰਾਈਟ ਆਨਸਰ ਆ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਯਾ ਕਿ ਟੂਰ ਤੇ ਜਾਣ ਲਈ ਸ਼੍ਰੀ ਮਦਨ ਲਾਲ ਜੀ ਨੇ ਕਿਸ ਦਾ ਪ੍ਰਬੰਧ ਕੀਤਾ ਸੀ ਬੱਸ ਦਾ ਕੀਤਾ ਸੀ ਮ mini ਬੱਸ ਦਾ ਉਸ ਤੋਂ ਬਾਅਦ ਆਪਨੇ ਕੋਲ ਆਇਆ ਹੈ ਸ਼ਹਿਰ ਦੇ ਨੇੜੇ ਖੇਤਾਂ ਵਿੱਚ ਬੰਬ ਡਿੱਗਨੇ ਸ਼ੁਰੂ ਹੋ ਗਏ ਕੁਝ ਫਟ ਜਾਂਦੇ ਤੇ ਕੁਝ ਫਟਦੇ ਠੀਕ ਸੋ ਇਹ ਬੰਬ ਵਾਲਾ ਆ ਠੀਕ ਹੈ ਸੋ ਇਹ ਤੁਹਾਡਾ ਪੰਜਾਬ ਕੋਰ ਵਾਲਾ ਜਿਹੜਾ ਲਾਈਸੈਂਸ ਉਸ ਵਿੱਚੋਂ ਆਇਆ ਹੋਇਆ ਹੈ ਪਰ ਸੋ ਇਸ ਨੂੰ ਵੀ ਪੜ ਲੈਣਾ ਤੁਸੀਂ ਸ਼ਹਿਰ ਦੇ ਨੇੜੇ ਖੇਤਾਂ ਵਿੱਚ ਕੀ ਡਿੱਗਣਾ ਸ਼ੁਰੂ ਹੋ ਗਏ ਸੀ ਬੰਬ ਡਿੱਗਨੇ ਸ਼ੁਰੂ ਹੋ ਗਏ ਸੀ ਇੱਕ ਜ਼ਹਿਰੀਲੀ ਜ਼ਹਿਰੀਲੀ ਗੈਸ ਦਾ ਬੰਬ ਕਿਸ ਦੇ ਦਰਾਂ ਅਗਿਆਨ ਕਿ ਡਿੱਗਿਆ ਸੀ ਪੰਜਾਬ ਕੋਰ ਦੇ ਦਰਾਂ ਅਗਿਆਨ ਡਿੱਗਿਆ ਸੀ ਸ਼ਾਮ ਤੱਕ ਪੰਜਾਬ ਕੋਰ ਦਾ ਸਾਰਾ ਕੀ ਖਾਲੀ ਹੋ ਗਿਆ ਸੀ ਗੁਆਡ ਖਾਲੀ ਹੋ ਗਿਆ ਸੀ ਆ ਲਿਖਿਆ ਹੋਇਆ ਹੈ ਬਹੁਤ ਚੀਜ਼ ਲਿਖਦੇ ਹਾਂ ਸ਼ਾਮ ਤੱਕ ਪੰਜਾਬ ਕੋਰ ਦੇ ਸਾਰਾ ਗਵਾਂਡ ਖਾਲੀ ਹੋ ਗਿਆ ਸੀ ਠੀਕ ਹੈ ਲਾਈਨ ਦੇ ਵਿੱਚ ਉਹਨ ਸੰਨਦਾ ਵੇਸੇ ਦੇ ਉੱਪਰ ਵਾਲੀ ਗਵਾਂਡ ਠੀਕ ਹੈ ਸੋ ਉਸ ਤੋਂ ਬਾਅਦ ਆਪਨੇ ਕੋਲ ਹੈਗਾ ਤੀਸਰਾ ਪ੍ਰਸ਼ਨ ਜੋ ਕਿ ਸੌਰੀ ਚੌਥਾ ਪ੍ਰਸ਼ਨ ਉਹ ਤੋਪਚੀ ਨੂੰ ਕੀ ਆ ਕੇ ਪੁਕਾਰਦੀ ਸੀ ਪੰਜਾਬ ਕੋਰ ਉਹ ਸ਼ੇਰ ਬੰਦੇ ਸ਼ੇਰ ਦੇ ਬੱਚੇ ਆਖਦੀ ਸੀ ਉਹਨਾਂ ਨੂੰ ਸ਼ੇਰ ਦੇ ਬੱਚੇ ਸਹੀ ਆਪਸ਼ਨ ਰਾਈਟ ਆ ਜਾਏਗੀ ਪੰਜਾਬ ਪੰਜਾਬ ਕੋਰ ਤੋਪਚੀ ਨੂੰ ਕੀ ਪੁਲਾਉਂਦੀ ਸੀ ਚਾਹ ਪੁਲਾਉਂਦੀ ਸੀ ਠੀਕ ਹੈ ਇਹ ਸਾਰੀਆਂ ਗੱਲਾਂ ਇਸ ਪੈਰੇ ਵਿੱਚ ਲਿਖੀਆਂ ਹੋਈਆਂ ਨੇ ਪਹਿਲਾਂ ਤੁਸੀਂ ਪੜ੍ਹ ਲੈਣਾ ਮੈਂ ਤੁਹਾਨੂੰ ਜ਼ੂਮ ਕੱਟ ਕਰਕੇ ਦਿਖਾ ਦੇਣਾ ਇਹ ਪੈਰਾ ਸੀ ਆਪਣੇ ਕੋਲ ਠੀਕ ਹੈ ਸੋ ਉਸ ਤੋਂ ਬਾਅਦ ਹੈ ਆਪਣੇ ਕੋਲ ਪਿਆਰੇ ਬੱਚੋ ਜਿਹੜਾ ਕਿ ਇਹ ਚੌਥਾ ਚੌਥੇ ਵਿੱਚ ਆਪਾਂ ਉਹਨਾਂ ਦੇਖ ਰਹੇ ਵਿਆਕਰਨ ਨਾਲ ਸੰਬੰਧਿਤ ਬਹੁ ਵਿਕਲਪਿਕ ਪ੍ਰਸ਼ਨ ਠੀਕ ਹੈ ਵਿਆਕਰਨ ਨਾਲ ਸੰਬੰਧਿਤ ਕਿਹੜੇ-ਕਿਹੜੇ ਸੋ ਸਾਰੇ ਹੀ ਆਪਾਂ ਕਰਾਂਗੇ ਸਹੀ ਉੱਤਰ ਦੀ ਚੋਣ ਕਰਨੀ ਹੈ ਠੀਕ ਹੈ ਸੋ ਸਭ ਤੋਂ ਪਹਿਲਾਂ ਕੁੜੀ ਸ਼ਬਦ ਨਾਮ ਦੀ ਕਿਹੜੀ ਕਿਸਮ ਹੈ ਕੁੜੀ ਜਿਹੜੀ ਕਿ ਉਹ ਆਮ ਨਾਮ ਹੈ ਉਸ ਦਾ ਭਰਾ 12ਵੀਂ ਵਿੱਚ ਪੜਦਾ ਸੀ ਵਾਕ ਵਿੱਚ ਖਾਸ ਨਾਮ ਚੁਣਨਾ ਹੈ ਸੋ ਖਾਸ ਨਾਮ ਉਸ ਦਾ ਭਰਾ ਇਕਮ ਇਕਮ ਜਿਹੜਾ ਕਿ ਇੱਕ ਖਾਸ ਨਾਮ ਹੈ ਠੀਕ ਹੈ ਉਸ ਬਾਅਦ ਸਕੂਲ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਵਾਕ ਵਿੱਚ ਵਰਤਿਆ ਗਿਆ ਗਰਮੀ ਸ਼ਬਦ ਗਰਮਿਆ ਸ਼ਬਦ ਨਾ ਉਹਦੀ ਕਿਹੜੀ ਕਿਸਮ ਹੈ ਸੋ ਇਹ ਇੱਕੀ ਹੈ ਪਾਵਚਕ ਨਾਮ ਹੈ ਈਡੀ অপਸ਼ਨ ਰਾਈਟ ਆ ਜਾਏਗੀ ਸ਼ਾਮ ਤੱਕ ਪੰਜਾਬ ਕੌਰ ਦਾ ਸਾਰਾ ਗਵਾਂਡ ਖਾਲੀ ਹੋ ਗਿਆ ਵਾਹ ਕੇ ਜ਼ਬਰਦਸਤ ਹੈਗਾ ਸ਼ਬਦ ਪੰਜਾਬ ਕੌਰ ਸ਼ਬਦ ਨਾ ਉਹਦੀ ਕਿਹੜੀ ਕਿਸਮ ਹੈ ਇਹ ਇੱਕੀ ਹੈ ਖਾਸ ਨਾਮ ਹੈ ਠੀਕ ਸੋ ਖਾਸ ਨਾਮ ਹੈ ਇਹ ਵਾਲਾ ਵੀ ਠੀਕ ਹੈ ਖਾਸ ਨਾਮ ਜਦੋਂ ਵੀ ਕੋਈ ਕਿਸੇ ਦਾ ਨਾਮ ਲੈਂਦੇ ਜਿਵੇਂ ਕਿ ਪੰਜਾਬ ਕੌਰ ਹੋ ਗਿਆ ਇੱਥੇ ਆਪਾਂ ਨੂੰ ਕਿਹਾ ਸੀ ਏਕਮ ਏਕਮ ਇੱਕ ਖਾਸ ਨਾਮ ਹੈ ਠੀਕ ਹੈ ਜਿਹੜਾ ਨਾਮ ਦਿੱਤਾ ਹੁੰਦਾ ਕਿਸੇ ਦਾ ਜਿਵੇਂ ਤੁਹਾਡਾ ਨਾਮ ਜੋ ਵੀ ਹੈ ਲਾਈਕ ਜਿਵੇਂ ਰਣਵੀਰ ਰਾਹੁਲ ਜੋ ਵੀ ਉਹ ਇੱਕ ਕੀਏ ਖਾਸ ਨਾਮ ਹੈ ਉਸ ਤੋਂ ਬਾਅਦ ਇਕਮ ਨੂੰ ਫੋਟੋਬਲ ਖੇਡਨ ਦਾ ਚੌਕਸੀ ਵਾਕ ਵਿੱਚ ਨਾਮ ਕਿਹੜਾ ਹੈ ਸੋ ਇਕਮ ਕੀਏ ਇੱਕ ਨਾਮ ਹੈ ਠੀਕ ਹੈ ਸੋ ਬਹੁਤ ਹੀ ਸੌਖਾ ਪ੍ਰਸ਼ਨ ਇਸ ਪ੍ਰਸ਼ਨ ਸੀ ਜਿਹੜੇ ਸਾਰੇ ਆਪਾਂ ਪੰਜ ਦੇ ਪੰਜ ਕਰ ਲਿਆ ਉਸ ਤੋਂ ਬਾਅਦ ਆਪਾਂ ਨੂੰ ਸਹੀ ਉੱਤਰ ਦੀ ਚੋਣ ਕਰਨੀ ਉਹ 10ਵੀਂ ਚਰਣੀ ਵਿੱਚ ਪੜਦਾ ਸੀ ਵਾਕ ਵਿੱਚ ਪ੍ਰਨਾਵ ਸ਼ਬਦ ਕਿਹੜਾ ਹੈ ਉਹ ਜਿਹੜਾ ਸ਼ਬਦ ਕੀ ਪੜਨਾ ਹੋਵੇ ਜਿਹੜੇ ਪਿੱਛੇ ਰਹਿ ਗਏ ਸਨ ਉਹ ਵੀ ਜਾਂਦੇ ਨਹੀਂ ਸਨ ਜਾਪ ਦੇ ਤੇ ਵਾਕ ਵਿੱਚ ਵਰਤਿਆ ਗਿਆ ਸ਼ਬਦ ਜਿਹੜੇ ਕਿਹੜਾ ਪੜਨਾ ਹੈ ਜਿਹੜਾ ਕੀ ਹੈ ਨਿਜਵਾਚਕ ਪ੍ਰਣਾਵ ਹੈ ਉਹ ਆਪਸ਼ਨ ਰਾਈਟ ਆ ਜਾਏਗਾ ਉਹ ਪ੍ਰੋਖਤ ਪਹਿਰੇ ਵਿੱਚ ਬਲਜੀਤ ਦੀ ਥਾਂ ਵਰਤਿਆ ਗਿਆ ਉਹ ਸ਼ਬਦ ਕੀ ਹੈ ਪ੍ਰਣਾਵ ਹੈ ਉਹ ਸ਼ਬਦ ਕੀ ਹੈ ਪਿਆਰੇ ਬੱਚੋ ਪ੍ਰਣਾਵ ਹੈ ਫਿਰ ਉਸ ਤੋਂ ਬਾਅਦ ਆਪਣੇ ਕੋਲ ਅਗਲਾ ਪ੍ਰਸ਼ਨ ਹੈਗਾ ਯਾ ਜੋ ਕਿ ਚੌਥਾ ਉਹ ਦਸਵੀਂ ਚਰਣੀ ਵਿੱਚ ਪੜਦਾ ਸੀ ਵਾਕ ਵਿੱਚ ਕਿਰਿਆ ਸ਼ਬਦ ਕੀ ਹੈ ਉਹ ਪੜਦਾ ਸੀ ਠੀਕ ਸੌਰੀ ਪੜਦੀ ਸੀ ਉਹ ਦਸਵੀਂ ਚਰਣੀ ਵਿੱਚ ਪੜਦੀ ਸੀ ਤਾਂ ਪੜਦੀ ਸ਼ਬਦ ਕੀ ਇੱਕ ਕਿਰਿਆ ਹੈ ਠੀਕ ਹੈ ਸੋ ਉਸ ਤੋਂ ਬਾਅਦ ਪੰਜਾਬ ਕੌਰ ਦੇ ਏ ਡੇਜ ਕੋਈ ਸਾਥੀ ਸੰਤਾ ਨਾਲ ਦੇ ਖੇਤ ਵਿੱਚ ਲੱਗੀ ਤੋਪ ਵਾਲੇ ਤੋਪਚੀ ਵਾਗ ਵਿੱਚ ਆਇਆ ਸ਼ਬਦ ਦੇ ਸਾਥੀ ਸ਼ਬਦ ਦਾ ਜਿਹੜਾ ਕਿ ਬਹੁਵਚਨ ਦਸਨਾ ਸਾਥੀ ਸ਼ਬਦ ਦਾ ਬਹੁਵਚਨ ਸਾਥੀਆਂ ਆ ਜਾਏਗਾ ਸਾਥੀਆਂ ਠੀਕ ਹੈ ਸੋ ਉਸ ਤੋਂ ਬਾਅਦ ਆਪਣਾ ਹੈ ਅਗਲਾ ਪ੍ਰਸ਼ਨ ਜੋ ਕਿ ਹੈ ਸਹੀ ਉੱਤਰ ਦੀ ਚੋਣ ਕਰੋ ਠੀਕ ਹੈ ਬਜੀਤ ਬੜੀ ਹੀ ਸਿਆਣੀ ਕੁੜੀ ਹੈ ਠੀਕ ਹੈ ਸੋ ਇਸ ਵਿੱਚ ਵਿਸ਼ੇਸ਼ਣ ਜਿਹੜਾ ਹੈ ਇਸ ਵਿੱਚ ਵਿਸ਼ੇਸ਼ਣ ਕੀ ਸਿਆਣੀ ਕੁੜੀ ਹੈ ਠੀਕ ਹੈ ਸੋ ਇਹ ਵਿਸ਼ੇਸ਼ਣ ਹੈ ਉਪਰੋਕਤ ਪਹਿਲੇ ਵਿੱਚ ਏਟ ਲਈ ਕਿ ਸ਼ਬਦਾਂ ਦੀ ਵਿਰੋਧੀ ਸ਼ਬਦ ਸਨੀ ਚ ਸਿਆਣਾ ਦਾ ਕੀ ਆ ਜਾਏਗਾ ਸਿਆਣਾ ਦਾ ਆ ਜਾਏਗਾ ਕਮਲਾ ਠੀਕ ਹੈ ਕਮਲਾ ਠੀਕ ਹੈ ਸੋ ਗਰਮੀ ਦਾ ਜਿਹੜਾ ਕੀ ਆ ਜਾਏਗਾ ਗਰਮੀ ਦਾ ਆ ਜਾਏਗਾ ਸਰਦੀ ਠੀਕ ਸੋ ਸਰਦੀ ਸੋ ਏਸੀ ਤੁਹਾਡੇ ਵਿਰੋਧੀ ਸ਼ਬਦ ਦੋ ਉਸ ਬਾਅਦ ਡੰਡੀ ਦੱਸੀ ਸੀ ਡੰਡੀ ਕੀ ਹੁੰਦੀ ਡੰਡੀ ਤੁਸੀਂ ਸਿੰਪਲ ਇਸ ਤਰ੍ਹਾਂ ਲਗਾ ਦੇਣਾ ਡੰਡੀ ਬ੍ਰੈਕਟ ਦੇ ਵਿੱਚ ਛੇ ਦੇ ਬੱਚੇ ਵਿੱਚ ਜਿਹੜਾ ਕਿਹੜਾ ਵਿਸ਼ਰਾਮ ਚ ਜਿੰਦੀ ਵਰਤੋਂ ਕੀਤੀ ਗਈ ਜੋੜਨੀ ਦੀ ਕੀਤੀ ਗਈ ਆਪ ਨੂੰ ਪਤਾ ਲੱਗੇ ਜੋੜਨੀ ਇਹਦੇ ਵਿੱਚ ਆਈਟਮਸ ਚ ਲਾਏਗਾ ਅਡਾਪਸ਼ਨ ਉਸ ਤੋਂ ਬਾਅਦ ਆਪਾਂ ਕਹਿਣਾ ਸਤਵੇਂ ਵਿੱਚ ਸਹੀ ਉੱਤਰ ਦੀ ਚੋਣ ਕਰਨੀ ਹੈ ਸਾਰੀ ਧਰਤੀ ਕਬਰਿਸਤਾਨ ਬਣੀ ਬਣ ਗਈ ਸੀ ਵਾਕ ਵਿਚਲੇ ਸ਼ਬਦ ਧਰਤੀ ਦਾ ਵਿਰੋਧੀ ਸ਼ਬਦ ਕੀ ਹੈ ਆਕਾਸ਼ ਠੀਕ ਹੈ ਆਕਾਸ਼ ਧਰਤੀ ਆਕਾਸ਼ ਠੀਕ ਹੈ ਨਾ ਕਿ ਜ਼ਮੀਨ ਨਾ ਹੀ ਤਾਰੇ ਨਾ ਹੀ ਧਰਤੀ ਤੋਪ ਚਲਾਉਣ ਵਾਲੇ ਨੋਕੀ ਕਹਿੰਦੇ ਨੇ ਤੋਪਚੀ ਕਹਿੰਦੇ ਨੇ ਸਸ ਆਪਣੇ ਕੋਲ ਈਡੀ অপਸ਼ਨ ਰਾਈਟ ਆ ਜਾਏਗੀ ਸੋਸ ਤੋਂ ਬਾਅਦ ਆਪਣੇ ਕੋਲ ਜਿਹੜਾ ਕੀ ਹੈਗੇ ਸਹੀ ਜਾਂ ਗਲਤ ਦੀ ਚੋਣ ਕਰਨੀ ਹੈ ਮੈਂ ਪਹਿਲੇ ਦਾਸਤੂਜਾ ਨਿਸ਼ਾਨ ਨਹੀਂ ਲਗਾਣੇ ਤੁਸੀਂ ਇਹ ਲਿਖਣਾ ਹੈ ਕਿ ਸਹੀ ਜਾਂ ਫਿਰ ਗਲਤ ਠੀਕ ਹੈ ਸੋ ਇਦਾਂ ਲਿਖਾਂਗੇ ਆਪਾਂ ਬਲਜੀਤ ਅਠਵੀਂ ਜਮਾਤ ਦੇ ਵਿੱਚ ਪੜਦਾ ਸਿੰਗਲ ਤਾਂ ਆ ਜਾਏਗਾ ਏਕਮ ਨੂੰ ਫੁੱਟਬਾਲ ਖੇਡਣ ਦਾ ਸ਼ੌਕ ਨਹੀਂ ਸੀ ਸਹੀ ਆ ਜਾਏਗਾ ਇੱਕ ਜ਼ਹਿਰੀਲੀ ਗਾਂ ਸ ਆਹ ਡਿ ਗਏ ਵੀ ਕੀ ਸਹੀ ਆ ਜਾਏਗਾ ਸੋ ਪਹਿਲਾ ਸਹੀ ਹੈ ਦੂਜਾ ਗਲਤ ਹੈ ਤੀਜਾ ਸਹੀ ਹੈ ਬਲਜੀਤ ਜਿਹੜੀ ਸੀ ਉਹ 10ਵੀਂ ਸ਼੍ਰੇਣੀ ਵਿੱਚ ਪੜਦੀ ਸੀ ਨਾ ਕਿ 8ਵੀਂ ਵਿੱਚ ਸੋ ਇਹ ਗਲਤ ਆ ਜਾਏਗਾ ਠੀਕ ਹੈ ਸੋ ਉਸ ਤੋਂ ਬਾਅਦ ਆਪਾਂ ਦੋ ਜਿਹੜੇ ਇੱਕ ਕਾਊਟ ਟੋਡੇ ਦੇ ਰੱਖਿਆ ਪਹਿਲਾ ਹੈ ਕਿ ਜੇ ਕੁਝ ਲੁਚ ਲੁਚੇ ਮਨ ਵਿੱਚ ਸੱਜਣਾ ਲੋਚੇ ਲੋਚੇ ਮਨ ਵਿੱਚ ਸੱਜਣਾ ਉਦਮ ਕਰੀ ਜ਼ਰੂਰ ਬਿਨਾ ਉਦਮ ਹੱਥ ਸਖਣੇ ਰਹਿਣ ਸਣ ਉਦਮ થી ਪਰਪੂਰ ਮੈਂ ਸੂਰਜ ਦੀ ਬੇਟੀ ਰਾਣੀ ਥਲ ਤੋਂ ਤਿੰਨ ਗੁਣਾ ਹੈ ਪਾਣੀ ਆਖਾਂ ਲੋਕ ਧਰਤੀ ਮਾਂ ਮੈਂ ਤਾਂ ਰਹਿਣ ਬਸੇਰੇ ਹਾਂ ਠੀਕ ਹੈ ਸੋ ਇਸ ਦਾ ਜਿਹੜਾ ਕਿ ਰਾਈਟ ਆਨਸਰ ਤੁਹਾਨੂੰ ਸਕਰੀਨ ਦੇ ਉੱਪਰ ਵੇਖਣ ਨੂੰ ਮਿਲ ਜਾਏਗਾ ਮੈਂ ਤੁਹਾਨੂੰ ਦਿਖਾ ਦੇਣਾ ਆ ਸੋ ਇਸ ਪੇਪਰ ਨੂੰ ਸਕਰੋਲ ਕਰਨ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਆਨਸਰ ਕੀ ਦੇ ਵਿੱਚ ਕੀ ਹੈ ਸੋ ਦੇਖੋ ਜੇ ਕੁਝ ਲੋਚੇ ਇਹ ਪਾਰਟ ਵਨ ਦੇ ਅਨਸਰ ਨੇ ਠੀਕ 8ਥ ਕਲਾਸ ਪੰਜਾਬੀ ਅਨਸਰ ਜੇ ਕੁਝ ਲੋ ਲੋਚੇ ਮਨ ਵਿੱਚ ਉਦਮ ਕਰੀਂ ਜ਼ਰੂਰ ਬਿਨ ਉਦਮ ਹੱਥ ਸਖਣੇ ਰਹਿਣਾ ਉਦਮ ਦੀ ਥਾਂ ਪਰਪੂ ਠੀਕ ਹੈ ਸੋ ਜੇਕਰ ਮਨੁੱਖ ਮਨ ਵਿੱਚ ਕੁਝ ਇੱਛਾ ਕਰਦਾ ਹੈ ਤਾਂ ਉਸ ਨੂੰ ਉਸ ਲਈ ਜ਼ਰੂਰੀ ਯਤਨ ਕਰਨਾ ਚਾਹੀਦਾ ਹੈ ਕਿਉਂਕਿ ਯਤਨ ਤੋਂ ਬਿਨਾ ਮਨੁੱਖ ਦੇ ਹੱਥ ਜਿਹੜੇ ਕਿ ਪੱਲੇ ਕੁਝ ਨਹੀਂ ਪੈਂਦਾ ਜਾਂ ਵਿੱਚ ਆਪਣੇ ਕਿਹਾ ਸੀ ਮੈਂ ਸੂਰਜ ਦੀ ਬੇਟੀ ਰਾਣੀ ਥਲ ਤੋਂ ਤਨ ਗੁਣਾ ਹੈ ਪਾਣੀ ਅੱਖਾਂ ਲੋਕ ਦਰਤੀ ਮੈਂ ਮੈਂ ਰੈਣ ਬਸੇਰਾ ਹਾਂ ਠੀਕ ਸੋ ਇਸ ਵਿੱਚ ਜਿਹੜਾ 33 ਸੋਚ ਤੋਂ ਵਕ ਹੋ ਕੇ ਬਣੀ ਹੈ ਇਸ ਉੱਪਰ ਇੱਕ ਹਿੱਸਾ ਜ਼ਮੀਨ ਅਤੇ 33 ਹਿੱਸਾ ਪਾਣੀ ਹੈ ਲੋਕ ਇਸ ਨੂੰ ਤਰਤੀਮਾ ਕਹਿੰਦੇ ਹਨ ਪਰੰਤੂ ਇਹ ਸਭ ਦੇ ਕੁਝ ਸਭ ਦੇ ਲਈ ਕੁਝ ਸਮਾਂ ਰਹਿੰਦੀ ਥਾ ਹੈ ਠੀਕ ਹੈ ਸੋ ਇਹ ਹੋ ਗਿਆ ਆਪਣਾ ਉਸ ਤੋਂ ਬਾਅਦ ਆਪਾਂ ਨੂੰ ਕੀ ਕਹਿ ਰਿਹਾ ਹੈ ਆਪਾਂ ਦੇਖਦੇ ਆਂ ਪੇਪਰ ਦੇ ਵਿੱਚ ਠੀਕ ਹੈ ਸੋ ਜਿਹੜੇ ਬੱਚੇ ਪੇਪਰ ਤੇ ਹੁਣ ਤੱਕ ਬਣੇ ਆ ਠੀਕ ਹੈ ਇੱਕ ਵਾਰ ਪਿਆਰਾ ਜਿਹਾ ਕਮੈਂਟ ਜਨਰੇਟ ਕਰਤਾ ਬਹੁਤ ਬਹੁਤ ਧੰਨਵਾਦ ਠੀਕ ਹੈ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਸੋ ਸਾ ਜੋ ਆਪਣੇ ਜਿਹੜੇ ਕੀ ਵੀਕ ਜਲਦੀ ਹੀ ਕੰਪਲੀਟ ਹੋ ਜਾਵਨ ਠੀਕ ਹੈ ਸੋ ਆਪਾਂ ਅੱਗੇ ਕੀ ਦੇ ਰੱਖਿਆ ਆਪਾਂ ਦੇਖਦੇ ਆਂ ਸੋ ਆਪਾਂ ਇਥੋਂ ਤੱਕ ਪੇਪਰ ਕਰ ਲਿਆ ਆਹ ਵਾਲਾ ਪਾੜ ਜਿਹੜਾ ਅਠਵਾਂ ਪਾੜ ਕਰ ਲਿਆ ਠੀਕ ਹੈ ਹੁਣੀ ਕਰਾ ਕੇ ਲਿਆਏ ਤੁਹਾਨੂੰ ਠੀਕ ਹੈ ਇਹ ਵਾਲਾ ਵੀ ਆਪਾਂ ਪਾਵਰ ਤੋਂ ਸਪਸ਼ਟ ਕਰਦੇ ਇੰਦੇ ਵੀ ਆਪਾਂ ਕਰਦੇ ਠੀਕ ਹੈ ਹੁਣ ਆਪਣੇ ਕੋਲ ਹੈਗਾ ਪ੍ਰਸ਼ਨ ਪਿਆਰੇ ਬੱਚੋ ਪ੍ਰਸ਼ਨ ਕਿਹੜੇ-ਕਿਹੜੇ ਮੈਂ ਤੁਹਾਨੂੰ ਪੜਾ ਦੇਵਾਂ ਉਸ ਤੋਂ ਬਾਅਦ ਸਿੱਧਾ ਆਪਾਂ ਅਨਸਰ ਕਰਾਂਗੇ ਠੀਕ ਹੈ ਸੋ ਪ੍ਰਸ਼ਨ ਹੈਗੇ ਮੁਟਿਆਰ ਮੁਟਿਆਰਾ ਕਿਦਾਂ ਕਿਵੇਂ ਪਾਉਂਦੀਆਂ ਹਨ ਠੀਕ ਹੈ ਦੂਸਰਾ ਪ੍ਰਸ਼ਨ ਹੈ ਆਪਣੇ ਕੋਲ ਛਿੰਝ ਚਰਾਹਾਂ ਦਾ ਮਿਲਾ ਕਿੱਥੇ ਤੇ ਕਦੋਂ ਲੱਗਦਾ ਹੈ ਪੈਣਪੁਰਾ ਸੜਕ ਪਾਰ ਕਰਨ ਵਿੱਚ ਕਿਵੇਂ ਸਫਲ ਹੋਏ ਪੰਜਾਬ ਕੋਰ ਆਪਣੇ ਕਿਹੜੇ ਪੁੱਤਰਾਂ ਤੋਂ ਬਹਿਲਾਖ ਖਾਂਦੀ ਦੇ ਕਿਉਂ ਸ਼੍ਰੀ ਹਮੰਦਰ ਸਾਹਿਬ ਦੀ ਕਿਸ ਕਿਸ ਨੇ ਤੇ ਕਦਰ ਖਵਾਈ ਬਾਬਾ ਫਰੀਦ ਜੀ ਦਾ ਜਿਹਨੂੰ ਕਦਰ ਤੇ ਕਿੱਥੇ ਹੋਇਆ ਲੋਕ ਨਾਚ ਕਿਸ ਨੂੰ ਕਹਿੰਦੇ ਹਨ ਠੀਕ ਹੈ ਤੇ ਫਕੀਰ ਨੇ ਪੀਖ ਨੂੰ ਨਵੇਂ ਰਖ ਲਾਉਣ ਲਈ ਕਿਵੇਂ ਪ੍ਰੇਰਿਆ ਠੀਕ ਹੈ ਇਸ ਦੇ ਨਾਲ ਹੀ ਮੈਂ ਤੁਹਾਨੂੰ ਮਹਾਵਰੇ ਕਰਾਉਣਾ ਚਾਹੁੰਦਾ ਹਾਂ ਮਹਾਵਰੇ ਵੇਖੋ ਥੜ ਥੜ ਕਮਲਾ ਨਾ ਰੱਖਣਾ ਦੰਦ ਖੱਟੇ ਕਰਨਾ ਤੱਕਾ ਕਰਨਾ ਨੱਕ ਰਗਣਾ ਦਿਨ ਫੇਰਨਾ ਨੱਕ ਤੇ ਮੱਖੀ ਨਾ ਬਹਿਣ ਦੇਣਾ ਤੇ ਦੰਦ ਪੈ ਦੰਦ ਪੀਣੇ ਠੀਕ ਸੋ ਮਹਾਵਰੇ ਤੇ ਕੁਐਸਚਨ ਆਪ ਦੋਈ ਕਰਾਂਗੇ ਕੁਐਸਚਨ ਪਲੱਸ ਮ ਮੁਹਾਵਰੇ ਠੀਕ ਹੈ ਸੋ ਮੁਹਾਵਰੇ ਦੇ ਕੁਸ਼ਨ ਆਪਾਂ ਦੋਵੇਂ ਕਰਾਂਗੇ ਠੀਕ ਹੈ ਜਲਦੀ ਜਲਦੀ ਸੋ ਦੇਖਦੇ ਆਂ ਆਪਾਂ ਜਾ ਕੇ ਇਹਨਾਂ ਦੇ ਕੁਸ਼ਨ ਦੇ ਅਨਸਰ ਠੀਕ ਹੈ ਸੋ ਕਿਹੜੇ ਨੇ ਅਨਸਰ ਤੁਹਾਨੂੰ ਦਿਖਾ ਦੇਣਾ ਠੀਕ ਹੈ ਸੋ ਆਸੇ ਆਪਣੇ ਕੁਸ਼ਨ ਨੇ ਠੀਕ ਹੈ ਪਹਿਲਾ ਹੈ ਆਪਣੇ ਕੋਲ ਊੜਾ ਮੋਟਿਆਰਾ ਗਿੱਧਾ ਕਿਵੇਂ ਪਾਉਂਦੀਆਂ ਹਨ ਠੀਕ ਹੈ ਗਿੱਧਾ ਪਾਉਣ ਵਾਲੀਆਂ ਮੋਟਿਆਰਾ ਇੱਕ ਗੋਲ ਦਾਇਰਾ ਬਣਾ ਕੇ ਖੜੀਆਂ ਹੋ ਜਾਂਦੀਆਂ ਹਨ ਵਿਚਕਾਰ ਇੱਕ ਕੁੜੀ ਕੜਾ ਜਫਰ ਟੋਲ ਕੀ ਲੈ ਕੇ ਬਹਿ ਜਾਂਦੀ ਹੈ ਟੋਲ ਕੀ ਵਜਣ ਦੇ ਨਾਲ ਇੱਕ ਕੁੜੀ ਬਾ ਉਲਾਰ ਕੇ ਬੋਲੀ ਪਾਉਂਦੀ ਹੋਈ ਦਾਇਰੇ ਵਿੱਚ ਚਾਰੇ ਪਾਸੇ ਘੁੰਮਦੀ ਹੈ ਜਦੋਂ ਉਹ ਬੋਲੀ ਦਾ ਅੰਤ ਟੱਪਾ ਬੋਲਦੀ ਹੈ ਤਾਂ ਪਿੜ ਵਿੱਚ ਖੜੀਆਂ ਕੁੜੀਆਂ ਉਸ ਟੱਪੇ ਦੇ ਬੋਲ ਬੋਲਾਂ ਨੂੰ ਚੁੱਕ ਲੈਂਦੀਆਂ ਹਨ ਤੇ ਨਾਲ 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 ਤਾੜੀਆਂ ਮਾਰ ਕੇ ਤਾਲ ਦਿੰਦੀਆਂ ਹਨ ਇਸ ਸਮੇਂ ਦਾਇਰੇ ਵਿੱਚੋਂ ਨਿਕਲ ਨਿਕਲ ਕੇ ਦੋ ਕੁੜੀਆਂ ਨੱਚਣ ਲੱਗ ਪੈਂਦੀਆਂ ਹਨ ਫਿਰ ਆਪਣੇ ਕੋਲ ਹੈ ਸ਼ਿੰਝ ਸ਼ਰਾਖ ਦਾ ਮੇਲਾ ਕਿੱਥੇ ਤੇ ਕਦੋਂ ਲੱਗਦਾ ਮੈਂ ਤੁਹਾਨੂੰ ਪਿਛਲੇ ਹੁਣੇ ਇਸੇ ਪੇਪਰ ਦੇ ਵਿੱਚ ਦੱਸਦਾ ਪਿਛਲੇ ਪੇਪਰ ਜੋ ਆਪਾਂ ਕੀਤਾ ਠੀਕ ਹੈ ਇਸ ਨੂੰ ਤੁਸੀਂ ਹੁਣ ਦੁਬਾਰਾ ਇੱਕ ਵਾਰ ਫਿਰ ਤੋਂ ਦੁਹਰਾਈ ਕਰ ਲੈਣਾ ਇਹੜੀ ਵੇਖਾਂਗੇ ਆਪਣਾ ਪੈਣ ਤੇ ਭਰਾ ਸੜਕ ਪਾਰ ਕਰਨ ਵਿੱਚ ਸਫਲ ਕਿਵੇਂ ਹੋਏ ਅੰਤ ਜਦੋਂ ਪੈਣ ਪ੍ਰਾਣ ਇਸ ਪ੍ਰਾਣ ਨੂੰ ਸੜਕ ਪਾਰ ਕਰਨ ਵਿੱਚ ਸਾਥ ਦੇਣ ਵਾਲਾ ਕੋਈ ਬੰਦਾ ਨਾ ਮਿਲਿਆ ਤਾਂ ਤੇ ਉਹਨਾਂ ਨੇ ਡੇਡਰ ਨੂੰ ਦਬਾਉਣ ਤੇ ਤਰੀਕੇ ਵੀ ਫੇਲ ਹੋ ਗਏ ਤਾਂ ਰੋਂਦੇ ਭਰਾ ਦੇ ਅਥਰੂ ਪੁੱਛਦੇ ਉਸਦੀ ਭੈਣ ਨੇ ਉਸਨੂੰ ਕਿਹਾ ਕੀ ਉਹ ਕਹਿਣਗੇ ਕਿ ਉਸ ਉਹ ਪ੍ਰੇਮੀ ਦੇ ਨਿਆਣੇ ਹਨ ਉਹ ਉਹਨਾਂ ਨੂੰ ਨਾ ਫੜੇ ਇਹ ਸੁਣ ਕੇ ਭਰਾ ਦੇ ਮਨ ਨੂੰ ਠਾਰਸ ਪੁੱਜ ਗਈ ਤੇ ਉਹ ਪ੍ਰੇਮ ਪ੍ਰੇਮੀ ਦੇ ਨਾਂ ਲੈ ਕੇ ਸੜਕ 'ਤੇ ਪਰ ਹੋ ਗਿਆ ਠੀਕ ਹੈ ਪ੍ਰੇਮੀ ਦਾ ਨਾਂ ਲੈ ਕੇ ਠੀਕ ਹੈ ਸੁੰਨਸੇ ਆਪਣਾ ਜਿਹੜਾ ਕਿ ਪੰਜਾਬ ਕੋਲ ਆਪਣੇ ਕਿਹੜੇ ਪੁੱਤਰਾ ਤੋਂ ਬਹਿਲਾ ਰਖਾ ਬਿਲਾ ਜਾਂਦੀ ਹੈ ਤੇ ਕਿਉਂ ਜ਼ਹਿਰੀਲੀ ਗੈਂਸ ਦਾ ਬੰਮ ਫਟਣ ਮਗਰੋਂ ਪੰਜਾਬ ਕੋਰ ਦਾ ਸਾਰਾ ਗਵਾਂਡ ਜਿਹੜਾ ਕਿ ਖਾਲੀ ਹੋ ਗਿਆ ਪੰਜਾਬ ਕੋਰ ਦੇ ਸਾਥੀ ਹੁਣ ਕੇਵਲ ਨਾਲ ਦੇ ਖੇਤ ਵਿੱਚ ਲੱਗੀ ਟੌਪ ਵਾਲੇ ਤੋਪਚੀ ਹੀ ਸਨ ਉਹ ਵੇਲੇ ਕੁਵੇਲੇ ਆ ਕੇ ਪੰਜਾਬ ਕੋਰ ਕੋਲ ਬੈਠੇ ਤੇ ਜਿੱਤ ਤੇ ਜਿੱਤ ਦਾ ਹਿਸਾਬ ਕਰਾਉਂਦੇ ਹੋਏ ਉਸ ਨੂੰ ਸਰਵਾਸ ਦੇਂਦੇ ਕਿ ਉਹ ਉਹਨਾਂ ਨੂੰ ਚਲਾ ਪਲਾਉਂਦੇ ਤੇ ਸ਼ੇਰ ਦੇ ਬੱਚੇ ਆ ਕੇ ਪੁਕਾਰਦੇ ਉਹ ਵੈਰੀਆਂ ਦੇ ਜਹਾਜ਼ ਫੱਡਣ ਫੰਡਣ ਵਾਲੇ ਆਪਣੇ ਉਹਨਾਂ ਦੀ ਪੁੱਤਰਾ ਦੀ ਬਹਾਦਰੀ ਦੇ ਤੇ ਹੌਸਲੇ ਕਰਕੇ ਉਹਨਾਂ ਤੋਂ ਬਹਿਲਾਰ ਜਾਂਦੀ ਸੀ ਠੀਕ ਹੈ ਸੋ ਸੋਹਣਾ ਪ੍ਰਸ਼ਨ ਇਹ ਵੀ ਇਹਨੂੰ ਹੀ ਲਿਖ ਸਕਦੇ ਹੋ ਇਸ ਤੋਂ ਇਲਾਵਾ ਆਪਣਾ ਬਾਬਾ ਫਰੀਦ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਤੇ ਉਹਨਾਂ ਦੇ ਮਾਤਾ ਦਾ ਨਾਮ ਕੀ ਸੀ ਬਾਬਾ ਫਰੀਦ ਜੀ ਦਾ ਜਨਮ 1173 ਈਸਵੀ ਵਿੱਚ ਮਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿੱਚ ਹੋਇਆ ਤੇ ਆਪ ਜੀ ਦੇ ਪਿਤਾ ਦਾ ਨਾਮ ਸ਼ੇਖ ਜਮਾਲ ਲੂਦੀਨ ਅਤੇ ਮਾਤਾ ਦਾ ਨਾਮ ਕਰਮ ਸੀ ਠੀਕ ਹੈ ਸ਼ੇਖ ਜਮਾਲ ਲੂਦੀਨ ਸ਼੍ਰੀ ਹਮੰਦਰ ਸਾਹਿਬ ਦੀਨੀ ਕਿਸ ਨੇ ਤੇ ਕਦੋਰ ਖਵਾਈ ਗਈ શ્રી ਮੰਦਰ ਸਾਹਿਬ ਦੀ ਨੀ ਜਿਹੜੀ ਕਿ ਸਾਈ ਮੀਆਂ ਮੀਰ ਤੋਂ 1588 ਵਿੱਚ ਰਖਵਾਈ ਗਈ ਠੀਕ ਹੈ ਸਾਈ ਮੀਆਂ ਮੀਰ ਤੋਂ ਉਸ ਤੋਂ ਬਾਅਦ ਆਪਣੇ ਕੋ ਲੋਕ ਨਾਚ ਕਿਸ ਨੂੰ ਆਖਦੇ ਹਨ ਸੇ ਜਦੋਂ ਮਨੁੱਖ ਦੇ ਅੰਦਰ ਖੁਸ਼ੀ ਦੀ ਲਹਿਰ ਉੱਠਦੀ ਹੈ ਤਾਂ ਉਹ ਵਜਜ ਦੇ ਵਿੱਚ ਆ ਕੇ ਸਰੀਰਕ ਹਰਕਤਾਂ ਰਾਈ ਇਸ ਦਾ ਪ੍ਰਗਟਾਵਾ ਕਰਦਾ ਹੈ ਅਤੇ ਰਾਗ ਤੇ ਤਾਲ ਦੇ ਸਮੇਲ ਨਾਲ ਉਹ ਉੱਚ ਉੱਠਦਾ ਹੈ ਇੱਕ ਮਨੁੱਖ ਇੱਕ ਮਨੁੱਖ ਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਲਈ ਜਦੋਂ ਦੂਸਰੇ ਸਾਥੀ ਉਸ ਨਾਲ ਨਾਲ ਕੇ ਨੱਚਣ ਲੱਗ ਜਾਂਦੇ ਹਨ ਤਾਂ ਉਹ ਨਾਚ ਸਮੋਹੀਕ ਨਾਚ ਦਾ ਰੂਪ ਤਾਰਨ ਕਰ ਲੈਂਦਾ ਹੈ ਇਸ ਨੂੰ ਲੋਕ ਨਾਚ ਕਿਹਾ ਜਾਂਦਾ ਹੈ ਫਿਰ ਫਕੀਰ ਨੇ ਫਕੀਰ ਨੇ ਪੀਖ ਨੂੰ ਨਵੇਂ ਰੁੱਖ ਲਗਾਉਣ ਲਈ ਕਿਵੇਂ ਪ੍ਰੇਰਿਆ ਫਕੀਰ ਨੇ ਪੀਖ ਨੂੰ ਪੀਖੂ ਦੁਆਰਾ ਰੁੱਖ ਰੁੱਖ ਨੂੰ ਗੁੰਡਮੁੰਡ ਕੀਤੇ ਜਾਣ ਕੇ ਦੁਖੀ ਤੇ ਉਦਾਸ ਹੋ ਗਿਆ ਤੇ ਉਸ ਨੇ ਉਸ ਨੂੰ ਕਿਹਾ ਕਿ ਉਸਨੇ ਹਮੇਸ਼ਾ ਰੁੱਖ ਜਿਹੜੇ ਕਿ ਵੱਡੇ ਹਨ ਪਰ ਰੁੱਖ ਲਾਏ ਨਹੀਂ ਤਾਂ ਪੁੱਤੇ ਪੁੱਛਿਆ ਕਿ ਕੀ ਇਸ ਦੁਨੀਆ ਵਿੱਚ ਹਰੀਆਵਲ ਦੇ ਬੀਜ ਮੁੱਕ ਗਏ ਹਨ ਤਾਂ ਉਸਨੇ ਹੋਰ ਕਿਹਾ ਕਿ ਉਹ ਉਸ ਦੇ ਘਰ ਉਤੇ ਉਜਾੜੇ ਦਾ ਪਰਛਾਵਾਂ ਵੇਖ ਰਿਹਾ ਹੈ ਕਿ ਸੋ ਜਦੋਂ ਰੁੱਖ ਨਾ ਹੋਣ ਤਾਂ ਇਸ ਤਰ੍ਹਾਂ ਦੀ ਇਸ ਤਰ੍ਹਾਂ ਹੀ ਹੁੰਦਾ ਹੈ ਇਹ ਸੁਣ ਕੇ ਪੀਕੂ ਦੇ ਘਰ ਦੇ ਜੀ ਬਚੈਨ ਹੋ ਗਿਆ ਹੁਣ ਫਕੀਰ ਨੇ ਉਹਨਾਂ ਦੇ ਮਨ ਵਿੱਚ ਹਰੀਆਵਲ ਦੇ ਬੀਜ ਇਹ ਬੀ ਬੀਜ ਦਿੱਤੇ ਸਨ ਫਿਰ ਜਦੋਂ ਆਲਮ ਨੇ ਪੀਖੂ ਨੂੰ ਪੁੱਛਿਆ ਕਿ ਉਹ ਰੁੱਖ ਵੜਨ ਵਾਲਾ ਕਿਉਂ ਬਣਿਆ ਹੈ ਤਾਂ ਰੁੱਖ ਉਗਣ ਵਾਲਾ ਕਿਉਂ ਨਹੀਂ ਤਾਂ ਉਹ ਉਸ ਨੂੰ ਸੁਣ ਕੇ ਸ਼ਰਮਸਾਰ ਹੋ ਗਿਆ ਤਾਂ ਇਸ ਤਰ੍ਹਾਂ ਪੀਖੂ ਰੁੱਖ ਲਾਉਣ ਲਈ ਪ੍ਰੇਰਿਆ ਗਿਆ ਠੀਕ ਹੈ ਸੋ ਅੱਗੇ ਆਪਾਂ ਮੁਹਾਵਰੇ ਨੇ ਠੀਕ ਹੈ ਸੋ ਇਹ ਇੰਗਲਿਸ਼ ਵਿੱਚ ਜਿਹੜਾ ਮੈਂ ਲਿਖ ਰਿਹਾ ਉੱਤੇ ਮੁਹਾਵਰੇ ਠੀਕ ਸੋ ਮੁਹਾਵਰੇ ਨੇ ਥਰ-ਥਰ ਘਮਣਾ ਬਹੁਤ ਦਰਜਾ ਨਾ ਪੁਲਿਸ ਇੰਸਪੈਕਟਰ ਨੂੰ ਦੇਖ ਕੇ ਰਿਸ਼ਵਤ ਲੈਣ ਵਾਲਾ ਜਿਹੜਾ ਕੀ ਹੈ ਅਲਿਸ਼ਤਦ ਲੈਣ ਵਾਲਾ ਕਲਰਕ ਥਰ ਥਰ ਕੰਬਣ ਲੱਗ ਪਿਆ ਦੰਦ ਖੱਟੇ ਕਰਨਾ ਮਤਲਬ ਕਿ ਹਰਾ ਦੇਣਾ ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਦੇ ਦੰਦ ਖੱਟੇ ਕਰ ਦਿੱਤੇ ਤੱਕਾ ਕਰਨਾ ਅੰਨਿਆ ਕਰਨਾ ਪੰਚਾਇਤ ਦਾ ਕੰਮ ਇਸੇ ਕਿਸੇ ਨਾਲ ਤੱਕਾ ਕਰਨਾ ਨਹੀਂ ਸਕੋ ਸਭ ਨੂੰ ਨਿਆਂ ਦੇਣਾ ਹੈ ਨੱਕ ਰਗੜਨਾ ਤਰਲੇ ਕਰਨਾ ਕੁਲਵਿੰਦਰ ਨਕਲ ਮਾਰਦਾ ਫੜਿਆ ਗਿਆ ਤੇ ਉਸ ਉਹ ਸੁਪਰੀਡੈਂਟ ਅੱਗੇ ਨੱਕ ਰਗੜ ਕੇ ਛੁੱਟਾ ਠੀਕ ਹੈ ਸੋ ਦਿਨ ਫਿਰ ਦਿਨ ਫਿਰ ਨੇ ਭਾਗ ਜਾਗਣੇ ਉਸ ਅਧਿਕਾਰ ਵਿੱਚ ਬੜੀ ਗਰੀਬੀ ਸੀ ਪਰ ਜਦੋਂ ਉਸ ਦਾ ਮੁੰਡਾ ਕੈਨੇਡਾ ਗਿਆ ਤਾਂ ਉਸ ਦੇ ਜਿਹੜੇ ਕੀ ਉਹ ਦੋਸਤ ਦੇ ਜਿਹੜੇ ਕਿ ਦਿਨ ਫਿਰ ਗਏ ਸੀ ਕਿ ਉਸ ਤੋਂ ਅੱਗੇ ਮੈਂ ਤੁਹਾਨੂੰ ਦੱਸਦਾ ਉਸ ਤੋਂ ਅੱਗੇ ਦੰਦ ਪੀਣੇ ਠੀਕ ਹੈ ਦੰਦ ਪੀਣੇ ਦਾ ਆ ਜਾਏਗਾ ਗੁੱਸੇ ਵਿੱਚ ਆਉਣਾ ਜਦੋਂ ਜਦ ਉਸਨੇ ਸ਼ਾਮ ਨੂੰ ਗਾਲਾਂ ਕੱਢੀਆਂ ਤਾਂ ਉਹ ਗੁੱਸੇ ਵਿੱਚ ਦੰਦ ਪੀਣ ਲੱਗ ਪਿਆ ਠੀਕ ਹੈ ਮਤਲਬ ਕਿ ਗੁੱਸੇ ਵਿੱਚ ਆਉਣਾ ਠੀਕ ਹੈ ਇਹ 파ਟ 2 ਦੇ ਸੀ ਉਸ ਤੋਂ ਬਾਅਦ ਆਪਾਂ ਨੂੰ ਨਾ ਲੇਖ ਦੇ ਰੱਖਿਆ ਠੀਕ ਹੈ ਮੈਂ ਤੁਹਾਨੂੰ ਬਾਅਦ ਵਿੱਚ ਪੇਪਰ ਵਿਖਾਉਣਾ ਲੇਖ ਆਪਣਾ ਇੱਕ ਹੈ ਵਿਸਾਖੀ ਦਾ ਮੇਲਾ ਠੀਕ ਹੈ ਜਿੰਦੇ ਵਿੱਚ ਆਪਾਂ ਪੰਜਾਬ ਦੇ ਮੇਲੇ ਬਾਰੇ ਦੱਸਾਂਗੇ ਕਿਹੜੇ-ਕਿਹੜੇ ਨੇ ਉਸ ਤੋਂ ਬਾਅਦ ਆਪਾਂ ਹਾੜੀ ਪੱਕਣ ਦੀ ਖੁਸ਼ੀ ਬਾਰੇ ਇਹ ਪੁਆਇੰਟ ਲਿਖਾਂਗੇ ਮੇਲਾ ਦੇਖਣ ਜਾਣਾ ਵਾਲਾ ਪੁਆਇੰਟ ਲਿਖਾਂਗੇ ਠੀਕ ਹੈ ਸੋ ਇਹ ਪੁਆਇੰਟ ਨੇ ਜਿਨ੍ਹਾਂ ਨੇ ਕਾਪੀ ਨਹੀਂ ਬਣਾਈ ਤਾਂ ਇਹ ਤੂੰ ਕਰ ਸਕਦੇ ਹੋ ਇਸ ਤੋਂ ਇਲਾਵਾ ਇਹ ਤਾਂ 100% ਆਉਂਦਾ ਹੁੰਦਾ ਠੀਕ ਹੈ ਹਰ ਵਾਰ ਇਤਿਹਾਸਿਕ ਪ੍ਰਸ਼ੋਕੜ ਮੇਲੇ ਦਾ ਦ੍ਰਿਸ਼ ਠੀਕ ਹੈ ਇਸ ਤੋਂ ਇਲਾਵਾ ਆਪਾਂ ਨੂੰ ਦੇ ਰੱਖਿਆ ਉਹਨ ਤੇ ਫਿਰ ਆ ਜਿਹੜੀਆਂ ਕਿ ਤੁਸੀਂ 17 ਵੀ ਲਿਖ ਸਕਦੇ ਹੋ ਥਾਂ ਥਾਂ ਖੇਡਾਂ ਦੇ ਘੜੇ ਆਏ ਨੇ ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ ਵੰਜਲੀ ਲੰਗੋਜਾ ਕਾਟੋ ਤੋਂ ਬਾਵਜਿਦਾ ਠੀਕ ਹੈ ਸੋ ਜਿਨ੍ਹਾਂ ਨੂੰ ਇਹ ਯਾਦ ਹੋ ਜਾਣਾ 17 ਲਿਖ ਸਕਦੇ ਹੋ ਪੰਗੜਾ ਤੇ ਮੈਚ ਅਸੀਂ ਥਾਂ ਥਾਂ ਲੋਕਾਂ ਨੂੰ ਪੰਗੜਿਆ ਪੌਂਦਾ ਦੇਖਿਆ ਠੀਕ ਹੈ ਸੋ ਇਹ ਵੀ ਪੁਆਇੰਟ ਏਕੇਗਾ ਇੱਕ ਲੜਾਈ ਤੇ ਵਾਪਸੀ ਠੀਕ ਹੈ ਸੋ ਸਿਨੇਮਾ ਵੀ ਤੋਂ ਆਇਆ ਹੋਇਆ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਦਿਖਾ ਚੁੱਕਾ ਸਿਨੇਮਾ ਤੇ ਪਲੱਸ ਕਿਹੜਾ ਹੈ ਆਪਣਾ ਪ੍ਰਦੋਸ਼ਨ ਠੀਕ ਹੈ ਮੈਂ ਜਲਦੀ ਜਲਦੀ ਤੁਹਾਨੂੰ ਦਿਖਾ ਦੇਣਾ ਫਿਰ ਤੋਂ ਇਹ ਸਿਨੇਮਾ ਹੈ ਆਪਣਾ ਸੋ ਇਹ ਮੈਂ ਪਹਿਲਾਂ ਵਿਖਾ ਚੁੱਕਾ ਹਾਂ ਤੁਸੀਂ ਵੀਡੀਓ ਬੈਕ ਕਰਕੇ ਵੇਖ ਲਿਆ ਹੋਣਾ ਆਈ ਥਿੰਕ ਠੀਕ ਹੈ ਸੋ ਆ ਪ੍ਰਦੂਸ਼ਣ ਸਿਆਪਣਾ ਠੀਕ ਹੈ ਸੋ ਇਹ ਇਹ ਵੀ ਆਈ ਹੋਈ ਸੀ ਇਸ ਦੌਰਾਨ ਆਪਾਂ ਨੂੰ ਫੀਸ ਮਾਫੀ ਵਾਲੀ ਫਿਰ ਤੋਂ ਆਈ ਹੋਈ ਹੈ ਬਿਨੇ ਪੱਤਰ ਠੀਕ ਹੈ ਸੋ ਇਹ ਵੀ ਆਪਾਂ ਕਰ ਲਈ ਤੇ ਇਹਨੂੰ ਵੀ ਆਪਾਂ ਸਕਿਪ ਕਰ ਦਾਂਗੇ ਠੀਕ ਹੈ ਇਹੇ ਪੇਪਰ ਵਿੱਚ ਆਈ ਹੋਈ ਹੈ ਸੋ ਮੈਂ ਤੁਹਾਨੂੰ ਇਹ ਇੱਕ ਵਾਰ ਵਿਖਾ ਲਿਆ ਠੀਕ ਹੈ ਇਸ ਤੋਂ ਬਾਅਦ ਮੈਂ ਤੁਹਾਨੂੰ ਪੇਪਰ ਵਿਖਾ ਦਾਂਗਾ ਸੋ ਇਸ ਤਰ੍ਹਾਂ ਇੱਕ ਪੱਤਰ ਆਈ ਹੋਈ ਹੈ ਆਪਣੇ ਕੋਲ ਤੁਹਾਡੇ ਮੱਲੇ ਵਿੱਚ ਸਫਾਈ ਦੀ ਰੋਸ਼ਨੀ ਰੋਸ਼ਨੀ ਤਾਂ ਨਹੀਂ ਆਈ ਵੈਸੇ ਸਫਾਈ ਤੇ ਗੰਦੇ ਪਾਣੀ ਦਾ ਨਿਕਾਸ ਪ੍ਰਬੰਧ ਠੀਕ ਨਹੀਂ ਪਵਨ ਸਕੂਲ ਡੈਡਾ ਸ਼ਹਿਰ 19 ਨਵੰਬਰ 2023 ਠੀਕ ਹੈ ਸਕੋਮੇ ਦੋਨਾ ਪਿਛੇ ਪਾ ਕੇ ਸ਼ਾਇਦ ਮੈਂ ਡੰਡੀ ਲੈ ਦਾਂਗੇ ਸੇਵਾ ਵਿਖੇ ਦੇ ਪਿਛੇ ਕੋਈ ਕੋਮਾ ਨਹੀਂ ਆਉਣਾ ਠੀਕ ਹੈ ਸੇਵਾ ਵਿਖੇ ਤੋਂ ਬਾਅਦ ਆਪਾਂ ਲਿਖਾਂਗੇ ਪ੍ਰਧਾਨ ਸਾਹਿਬ ਨਗਰ ਪੰਚਾਇਤ ਨਗਰ ਪਾਲਿਕਾ ਸ਼ਹਿਰ ਦੇ ਪਿਛੇ ਡੰਡੀ ਆ ਜਾਏਗੀ ਉੱਪਰਲੇ ਦੋਵਾਂ ਪਿਛੇ ਕੋਮੇ ਉਸ ਤੋਂ ਪਿਛੇ ਸ਼੍ਰੀਮਾਨ ਜੀ ਦੇ ਪਿਛੇ ਕੋਮਾ ਠੀਕ ਹੈ ਬੇਨਤੀ ਹੈ ਕਿ ਅਸੀਂ ਆਪ ਜੀ ਦਾ ਦੁਆਨਸ ਕਿਆਂ ਆਪਣੇ ਮੁਹੱਲੇ ਸੈਂਟਰਲ ਟਾਊਨ ਵੱਲ ਦਿਵਾਣਾ ਚਾਹੁੰਦੇ ਹਾਂ ਜਾਂ ਫਿਰ ਤੁਸੀਂ ਆਪਣੇ ਪਿੰਡ ਦਾ ਨਾਮ ਲਿਖ ਸਕਦੇ ਹੋ ਇੱਥੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ ਤੇ ਪਾਣੀ ਪਾਣੀ ਦੇ ਛੱਪੜ ਭਰੇ ਰਹਿੰਦੇ ਹਨ ਰਾਤ ਨੂੰ ਗਲੀਆਂ ਵਿੱਚ ਰੋਸ਼ਨੀ ਦਾ ਕੋਈ ਪ੍ਰਬੰਧ ਨਹੀਂ ਹੈ ਜਿਸ ਕਰਕੇ ਇੱਥੇ ਲੋਕਾਂ ਦਾ ਜਿਹੜਾ ਕੀ ਰਹਿਣਾ ਬਹੁਤ ਔਖਾ ਹੋਇਆ ਪਿਆ ਹੈ ਇਸ ਮੁਹੱਲੇ ਦੀਆਂ ਗਲੀਆਂ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਲੋਕ ਜਿਹੜੇ ਗਲੀਆਂ ਵਿੱਚ ਪਸ਼ੂ ਬਣਦੇ ਹਨ ਤੇ ਇਹ ਗੋਹੇ ਨਾਲ ਭਰੀਆਂ ਰਹਿੰਦੀਆਂ ਹਨ ਠੀਕ ਹੈ ਸਾਡੇ ਮੋਹਲੇ ਦੇ ਕੁਝ ਪਾਗ ਕਾਫੀ ਨੀਵੇਂ ਹਨ ਜਿਸ ਕਰਕੇ ਥੋੜੀ ਜਿਹੀ ਬਰਸਾਤ ਹੋਣ ਕਰਕੇ ਇੱਥੇ ਪਾਣੀ ਖੜਾ ਹੋ ਜਾਂਦਾ ਹੈ ਸਫਾਈ ਸੇਵਕ ਵੀ ਬੜੀ ਲਾਪਰਵਾਹੀ ਹੈ ਠੀਕ ਹੈ ਜਾਂ ਫਿਰ ਬੇਪਰਵਾਹੀ ਨਾਲ ਸਫਾਈ ਕਰਦੀ ਹੈ ਅਸੀਂ ਉਹਨਾਂ ਨੂੰ ਕਈ ਵਾਰ ਕਿਹਾ ਹੈ ਪਰ ਉਹ ਉਹਨਾਂ ਦੇ ਕੰਨ ਦੇ ਕੀ ਜੂਣ ਹੀ ਸਰਕਦੀ ਠੀਕ ਹੈ ਉਸ ਵੇਲੇ ਕਈ ਵਾਰੀ ਸੀਵਰੇਜ ਬੰਦ ਹੋਣ ਕਰਕੇ ਸੀਵਰੇਜ ਬੰਦ ਹੋਣ ਕਰਕੇ ਹੋਣ ਮਗਰੋਂ ਗਲੀਆਂ ਬੁਰੀ ਤਰ੍ਹਾਂ ਜਿਹੜੀ ਕੀ ਹੈ ਸੀਵਰੇਜ ਕੀ ਹੁੰਦਾ ਹੈ ਪਿਆਰੇ ਬੱਚਿਓ ਇਹ ਮਤਲਬ ਕਿ ਨਾਲੀਆਂ ਜਿਵੇਂ ਆਪਣੇ ਸੀਵਰੇਜ ਦੀ ਨਾਲੀ ਪਾਣੀ ਦਾ ਨਿਕਾਸ ਕੀਤਾ ਜਾਂਦਾ ਹੈ ਨਾਲੀਆਂ ਹੋ ਗਈਆਂ ਉਹਨਾਂ ਨੂੰ ਕਿਹਾ ਜਾਂਦਾ ਸੀਵਰੇਜ ਜਦੋਂ ਸੀਵਰੇਜ ਬੰਦ ਹੋ ਜਾਂਦੇ ਨੇ ਤਾਂ ਜਿਹੜੇ ਗਲੀਆਂ ਬੁਰੀ ਤਰ੍ਹਾਂ ਜਿਹੜੀਆਂ ਕਿ ਨੇ ਸੜਾਂਦ ਮਾਰਦੇ ਪਾਣੀ ਦੇ ਨਾਲ ਮਤਲਬ ਕਿ ਸੜਾਂਦ ਮਾਰਦੇ ਮਤਲਬ ਗੰਦਾ ਪਾਣੀ ਦੇ ਨਾਲ ਪਰ ਜਾਂਦੀਆਂ ਹਨ ਪਾਣੀ ਦਾ ਨਿਕਾਸ ਦਾ ਕੋਈ ਯੋਗ ਪ੍ਰਬੰਧ ਨਹੀਂ ਮੱਛਰ ਤੇ ਮੱਖੀਆਂ ਬੜੇ ਮ제 ਨਾਲ ਪੜ ਰਹੇ ਹਨ ਪਿਛਲੇ ਹਫਤੇ ਹੈਜੇ ਦੇ ਦੋ ਕੇਸ ਹੋ ਚੁਕੇ ਹਨ ਅਜਿਹੇ ਘਟਨਾਵਾ ਕਰਕੇ ਲੋਕਾਂ ਵਿੱਚ ਬਿਮਾਰੀਆਂ ਜਿਹੜੀ ਕਿ ਸਹਿਮ ਛਾਇਆ ਹੋਇਆ ਹੈ ਠੀਕ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਇਸ ਬੇਨਤੀ 'ਤੇ ਧਿਆਨ ਦਿਓਗੇ ਤੇ ਵਿੱਚ ਰੱਖਦੇ ਹੋਏ ਮਹੱਲਾ ਨਿਵਾਸੀਆਂ ਵਿੱਚ ਆਉਣ ਵਾਲੀ ਆਉਣ ਵਾਲੇ ਕਿਸੇ ਸ਼ੂਤ ਦੇ ਰੋਗ ਤੋਂ ਬਚਾਉਣ ਲਈ ਇਸ ਦੀ ਸਫਾਈ ਦੇ ਨਾਲ ਨਾਲ ਗੰਦੇ ਪਾਣੀ ਦੇ ਨਿਕਾਸ ਦਾ ਵੀ ਉਚਿਤ ਪ੍ਰਬੰਧ ਕਰੋਗੇ ਤੇ ਨਾਲ ਹੀ ਰੋਸ਼ਨੀ ਦਾ ਵੀ ਪ੍ਰਬੰਧ ਕਰੋਗੇ ਠੀਕ ਕਰਨ ਵੱਲ ਧਿਆਨ ਦਿਓਗੇ ਧੰਨਵਾਦ ਸਾਇਦ ਠੀਕ ਹੈ ਆਪ ਜੀ ਦਾ ਵਿਸ਼ਵਾਸਪਾਤਰ ਜੋ ਵੀ ਤੁਹਾਡਾ ਨਾਮ ਹੈ ਤੇ ਬਾਕੀ ਮਹੱਲਾ ਨਿਵਾਸੀ ਠੀਕ ਹੈ ਦਰਬਾਰਾ ਸਿੰਘ ਤੇ ਬਾਕੀ ਮਹੱਲਾ ਨਿਵਾਸੀ ਸੋ ਉਸ ਤੋਂ ਅੱਗੇ ਆਪਾਂ ਇਹ ਦੇਖ ਰਖਿਆ ਕਿ ਨਾਮ ਕੀ ਹੈ ਤੇ ਉਦਾਹਰਨਾ ਦੇ ਕੇ ਦੱਸੋ ਠੀਕ ਹੈ ਨਾਮ ਉਹਨਾਂ ਸ਼ਬਦਾਂ ਨੂੰ ਆਖਿਆ ਜਾਂਦਾ ਜਿਨ੍ਹਾਂ ਦਈ ਅਸੀਂ ਚੀਜ਼ਾਂ ਨੂੰ ਨੁਕਤ ਤੇ ਥਾਵਾਂ ਦਾ ਨਾਮ ਲੈਂਦੇ ਹਾਂ ਜਿਵੇਂ ਕਿ ਵਿਦਿਆਰਥੀ surjeet ਜਮਾਤ ਸ਼ਹਿਰ ਅੰਮ੍ਰਿਤਸਰ ਸੋਨਾ ਮਿੱਟੀ ਮਠਾਸ ਕਤੜਾ ਦੀ ਇਹ ਉਦਾਹਰਨਾ ਸੀ ਤੇ ਅੱਗੇ ਜੇਕਰ ਤੁਹਾਨੂੰ ਪੁੱਛ ਲੈਣ ਕਿ ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਤੇ ਉਹਨਾਂ ਦੇ ਨਾਮ ਲਿਖਣੇ ਨੇ ਤਾਂ ਤਾਂ ਅਸੀਂ ਉਹਨਾਂ ਦੇ ਜਿਹੜੇ ਕਿ ਨਾਮ ਪੰਜ ਪ੍ਰਕਾਰ ਦੇ ਹੁੰਦੇ ਨੇ ਪਹਿਲਾ ਹੈ ਆਮ ਜਾਂ ਜਾਤੀਵਾਚਕ ਖਾਸ ਨਾਮ ਇਹ ਵੈਸੇ ਆਇਆ ਤਾਂ ਨਹੀਂ ਹੋਇਆ ਪੇਪਰ ਵਿੱਚ ਥੱਲੇ ਵਾਲਾ ਸੋ ਵੈਸੇ ਯਾਦ ਕਰਾ ਰਹੇ ਹਾਂ ਖਾਸ ਨਾਮ ਨਿਜਵਾ ਆਵਾਜ਼ ਕਿ ਨਾਲ ਠੀਕ ਹੈ ਸੋ ਜਾਂ ਵਿੱਚ ਆਪਾਂ ਉਹਨੇ ਕਿਹਾ ਸੀ ਵਿਸ਼ੇਸ਼ਣ ਕੀ ਹੁੰਦਾ ਹੈ ਠੀਕ ਹੈ ਤੇ ਉਸ ਉਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਸੋ ਇਹ ਨਹੀਂ ਕਿਹਾ ਨੇ ਇਹ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਉਦਾਹਰਨਾਂ ਪੁੱਛੇ ਨੇ ਵੈਸੇ ਤਾਂ ਇਹ ਵੀ ਪ੍ਰਕਾਰ ਤਾਂ ਤੁਹਾਨੂੰ ਵੈਸੇ ਹੀ ਕਰਾਤੇ ਆ ਉਹ ਸ਼ਬਦ ਜੋ ਨਾਵ ਜਾਂ ਪ੍ਰਨਾਮ ਦੇ ਗੁਣ ਜਾਂ ਅਗੁਣ ਦੀ ਵਿਸ਼ੇਸ਼ਤਾ ਜਾਂ ਫਿਰ ਗਿਣਤੀ ਮਿੰਤੀ ਦੱਸਣ ਉਹਨਾਂ ਨੂੰ ਵਿਸ਼ੇਸ਼ਣ ਆਖਿਆ ਜਾਂਦਾ ਜਿਵੇਂ ਕਿ ਕਾਲਾ, ਗੋਰਾ, ਚੰਗਾ, ਬੁਰਾ, 3, 4, 15, 20 ਠੀਕ ਆਦੀ ਵਿਸ਼ੇਸ਼ਣ ਜਿਹੜੇ ਕਿ ਪੰਜ ਪ੍ਰਕਾਰ ਦੇ ਹੁੰਦੇ ਹਨ ਜੇ ਤੁਹਾਨੂੰ ਪੁੱਛ ਲਵਣ ਤਾਂ ਉਦਾਹਰਨਾਂ ਤਾਂ ਇਹੀ ਨੇ ਕਿ ਕਾਲਾ, ਗੋਰਾ, ਚੰਗਾ, ਬੁਰਾ ਠੀਕ ਹੈ ਸੋ ਜੇ ਇਹ ਵਿਸ਼ੇਸ਼ਣ ਦੇ ਪੰਜ ਪ੍ਰਕਾਰ ਦੇ ਗੁਣਵਾਚਕ, ਸੰਖਿਆਵਾਚਕ, ਪਰਿਮਾਣਵਾਚਕ, ਨਿਸ਼ਚੇਵਾਚਕ ਪੜਨਾਵੀ ਇਹ ਵੈਸੇ ਇੱਕ ਨਹੀਂ ਕਰਨੇ ਉਹਦਾ ਤੁਹਾਨੂੰ ਦੱਸ ਰਹੇ ਜੇ ਆ ਜਾਵੇ ਤਾਂ ਕੁਐਸਚਨ ਠੀਕ ਹੈ ਸੋ ਇੱਕ ਵਾਰ ਮੈਂ ਪੇਪਰ ਵਿਖਾ ਲਾਵਾਂ ਤੁਹਾਨੂੰ ਫਿਰ ਤੋਂ ਜੋ ਇਸ ਤੋਂ ਬਾਅਦ ਵੀ ਇੱਕ ਹੋਰ ਪੇਪਰ ਆਵੇਗਾ ਜੋ ਕਿ ਆਪਣਾ ਤੀਜਾ ਪੇਪਰ ਹੋਵੇਗਾ ਉਸ ਨੂੰ ਵੀ ਚੰਗੇ ਤਰੀਕੇ ਨਾਲ ਪੜ ਲੈਣਾ ਉਹ ਇਸ ਤੋਂ ਬਾਅਦ ਆਏਗਾ ਸੋ ਸਾਰੇ ਬੱਚੇ ਬੜਾ ਲਾਈਕ ਕਰ ਦੇਣਾ ਠੀਕ ਹੈ ਮੈਂ ਤੁਹਾਨੂੰ ਪੇਪਰ ਦਿਖਾ ਦੇਣਾ ਪੰਜਾਹ ਪੇਪਰ ਕਰ ਲਿਆ ਸਾਰਾ ਜੀ ਹਾਂ ਪਿਆਰੇ ਬੱਚਾ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਆ ਪੇਪਰ ਸੇ ਆਪਣੇ ਕੋਲ ਸਾਰਾ ਠੀਕ ਹੈ ਉਹੀ ਪੇਪਰ ਪੰਜਾਬ 8ਵੀਂ ਜਮਾਤ ਦਾ ਠੀਕ ਹੈ ਸੋ ਇਹ ਵਾਲਾ ਸਾਰਾ ਮੈਂ ਜਦੋਂ ਹੱਲ ਕਰਾਤਾ ਸੀ ਉਸ ਤੋਂ ਬਾਅਦ ਆ ਪੱਕੀ ਕੀਤਾ ਇੱਥੇ ਪਹੁੰਚ ਗਏ ਸੀ ਇਹ ਆਹ ਵਾਲੇ 17 ਕੀਤੀਆਂ ਪਰ ਬਾਰਤ ਸਪਸ਼ਟ ਕਰਨ ਤੋਂ ਬਾਅਦ ਆਪਾਂ ਕੀ ਪ੍ਰਸ਼ਨ ਕੀਤੇ ਕੋਈ ਪੰਜ ਪ੍ਰਸ਼ਨ ਕਰਨੇ ਸੀ ਮੈਂ ਤੁਹਾਨੂੰ ਸਾਰੇ ਦੇ ਸਾਰੇ ਕਰਾਏ ਤੇ 3 6 7 8 ਪ੍ਰਸ਼ਨ ਕਰਾਏ ਆਪਾਂ 8 ਪ੍ਰਸ਼ਨ ਤੋਂ ਬਾਅਦ ਆਪਾਂ ਕੀ ਕੀਤਾ ਮੁਹਾਵਰੇ ਕੀਤੇ ਮੈਂ ਤੁਹਾਨੂੰ ਕਿਹਾ ਸੀ ਮੁਹਾਵਰੇ ਕਰਾਂਗੇ ਤੇ ਇੱਕ ਆਪਣਾ ਆ ਰਹਿ ਗਿਆ ਇਹ ਦੋ ਨੰਬਰ ਦਾ ਹੈ ਠੀਕ ਹੈ ਸਰਜੀਤ ਪੰਜਾਬੀ ਦੀ ਪੁਸਤਕ ਪੰਜਾਬੀ ਦੀ ਕਿਤਾਬ ਡੈਸ਼ ਪੜਦਾ ਸੋਰੀ ਸੁਰਜੀਤ ਪੰਜਾਬੀ ਦੀ ਕਿਤਾਬ ਪੜਦਾ ਹੈ ਇਸ ਵਿੱਚ ਆਪਾਂ ਕਿਹੜਿਆ ਸ਼ਬਦ ਦੱਸਣਾ ਹੈ ਇਸ ਵਿੱਚ ਕਿਹੜਿਆ ਸ਼ਬਦ ਕੀ ਪੜਦਾ ਕਿਉਂਕਿ ਉਹ ਪਰਦਾ ਪੇਪਰ ਦਾ ਕੀ ਕੰਮ ਕਰਨਾ ਵਿਸ਼ੇਸ਼ਣ ਦਾ ਮਤਲਬ ਕਿਰਿਆ ਵਿਸ਼ੇਸ਼ਣ ਦਾ ਮਤਲਬ ਹੁੰਦਾ ਕੰਮ ਕਰਨਾ ਸੋ ਕੰਮ ਕੀ ਕਰ ਰਿਹਾ ਉਹ ਪੜ ਰਿਹਾ ਇਸ ਲਈ ਪਰਦਾ ਸ਼ਬਦ ਜਿਹੜਾ ਕੀ ਆ ਜਾਏਗਾ ਕਿਰਿਆ ਵਿਸ਼ੇਸ਼ਣ ਉਹ ਅੱਖੀਂ ਡਿਠਾ ਮਿਲ ਆਇਆ ਹੋਇਆ ਮੈਂ ਤੁਹਾਨੂੰ ਕਰਾਤਾ ਹਾਂ ਠੀਕ ਹੈ ਸੋ ਆਪਾਂ ਇਸ ਤੋਂ ਇਲਾਵਾ ਜਿਹੜਾ ਕੀ ਇਹ ਇੱਕ ਮਿੰਟ ਇਸ ਤੋਂ ਇਲਾਵਾ ਆਪਾਂ ਸਿਨੇਮੇ ਕਰ ਲਿਆ ਠੀਕ ਹੈ ਸੇ ਪ੍ਰਦੂਸ਼ਣ ਦੀ ਸਮੱਸਿਆ ਕਰ ਲਿਆ ਠੀਕ ਹੈ ਸੋ ਬਾਕੀ ਸ਼ਹੀਦ ਭਗਤ ਸਿੰਘ ਤੇ 15 ਅਗਸਤ ਜਿੱਕਰ ਕਰਨਾ ਚਾਹੁੰਦੇ ਕਰ ਸਕਦੇ ਹੋ ਸੋ ਉਸ ਤੋਂ ਬਾਅਦ ਆਪਣਾ ਕੀ ਫੇਸ ਮਾਫੀ ਵਾਲਾ ਵਿਆਪ ਕਰ ਲਿਆ ਠੀਕ ਹੈ ਬਿਨੇ ਪੱਤਰ ਤੇ ਆਪਣੇ ਪਿੰਡ ਸਰਪੰਚ ਨੂੰ ਗੰਦੇ ਪਾਣੀ ਦੇ ਨਿਕਾਸ ਸੁਧਾਰਨ ਲਈ ਠੀਕ ਹੈ ਸੋ ਇਹ ਵੀ ਵੀ ਆਪਾਂ ਕਰ ਲਿਆ ਉਸ ਤੋਂ ਬਾਅਦ ਨਾ ਤੋਂ ਕੀ ਭਾਵੇਂ ਤੇ ਉਦਾਨ ਸਦਸਨਾ ਤੇ ਵਿਸ਼ੇਸ਼ ਅੰਦਗੀ ਭਾਵੇਂ ਇਹ ਵੀ ਆਪਾਂ ਕਰ ਲਿਆ ਠੀਕ ਹੈ ਸੋ ਇਹ ਸਾਰਾ ਪੇਪਰ ਹੋ ਗਿਆ ਤਾਂ ਆਪਣਾ ਆ ਰਿਹਾ ਹੈ 8000 ਤੱਕ ਸ਼ਬਦ ਜਿਵੇਂ ਕਿ ਮੈਂ ਤੁਹਾਨੂੰ ਦੱਸ ਦੇਣਾ ਕਿਹੜੇ-ਕਿਹੜੇ ਨੇ ਸੋ ਪਹਿਲਾ ਹੈ ਆਪਣੇ ਕੋਲ ਵੀਰ ਸਕ੍ਰੀਨ ਦੇ ਉੱਪਰ ਤੁਸੀਂ ਵੇਖਦੇ ਹੋ ਵੀਰ ਦੂਜਾ ਹੈ ਆਪਣੇ ਕੋ ਲਾਲ ਤੀਜਾ ਹੈ ਆਪਣੇ ਕੋ ਜਾਗੋ ਚੌਥਾ ਹੈ ਲਾਸਾਂਸ ਪੰਜਵਾਂ ਹੈ ਰਾਤ ਛੇਵਾਂ ਹੈ ਰਾਰਸ ਸਰਸ ਸਤਵਾਂ ਹੈ ਖੇਤ ਅੱਠਵਾਂ ਹੈ ਪੱਲ ਠੀਕ ਹੈ ਸੋ ਇਹ ਸਾਰੇ ਜਿਹੜੇ ਕਿ ਮੈਂ ਤੁਹਾਨੂੰ ਕਰਾਤੇ ਸਾਰੇ ਜਣੇ ਵੀਡੀਓ ਨੂੰ ਲਾਈਕ ਕਰ ਦੇਣਾ ਪਿਆਰਾ ਕਮੈਂਟ ਕਰ ਦੇਣਾ ਮਿਲਦੇ ਨੇ ਨੈਕਸਟ ਵੀਡੀਓ ਵਿੱਚ